हर दिल जो प्यार करेगा वो गाना गाएगा, दीवाना सैकड़ों में पहचाना जाएगा, दीवाना जी। साढ़े कोल अज दीवाना नहीं, साढ़े कोल अज दीवानी आई है। तुहानूं पता है कि अपने सितारे प्रोग्राम दे विच कोई ना कोई साढ़े कोल कलाकार कलाकारा आए हुंदे हैं, कोई भंगड़े वाले, कोई गिद्धे वाले, कोई म्यूजिशियंस, कोई पोएट, कोई भी हॉलीवुड बॉलीवुड लॉलीवुड एंड बॉलीवुड सारी जगह तो आते हैं। लेकिन कबूल करो, स्वीकार करो, जगदीप बोलो, गुड इवनिंग, नमस्ते, सलाम अलैकुम, ते बड़ी प्यार भरी सत श्री अकाल, जय गुरुदेव। होर सुनियो की हाल चाल। इस प्रोग्राम थोड़ा निघा जिहा स्वागत करते हैं, सबनों ही जी आया आखते हैं। जी सद के जी वारी जनाब, जिथे भी प्रोग्राम देख रहे हो तुसी अपने सितारे प्रोग्राम, जेडे देश जेडे विदेश दे विच, सारे यूके दे विच, अपने घरां च ਕਿਹੜੇ ਮਜ਼ਾਜ 'ਚ ਦੇਖ ਰਹੇ ਹੋ, ਅੱਛਾ ਹੀ ਹੋਣਾ ਮਜ਼ਾਜ ਤੁਹਾਡਾ। ਸਭ ਦਾ ਹੀ ਸਵਾਗਤ ਕਰਦੇ ਹਾਂ ਔਰ ਮੁਲਾਕਾਤ ਕਰਾਵਾਂਗੇ ਸਾਡੇ ਨਾਲ ਜੋ ਅੱਜ ਕਲਾਕਾਰ ਆਈ ਹੈ। ਸ਼ੀ ਸੋ ਗੁੱਡ, ਸ਼ੀ ਸੋ ਸਿੰਪਲ ਲੇਡੀ, ਡਾਊਨ ਟੂ ਅਰਥ ਲੇਡੀ, ਸ਼ੀ ਇਜ਼ ਅ ਸਿੰਗਰ, ਵਨ ਐਂਡ ਦਾ ਓਨਲੀ ਗੁਰਮੇਲ ਕੌਰ ਸੰਘਾ ਜੀ ਦਾ ਸਵਾਗਤ ਕਰਾਂਗੇ। ਆਲ ਦਾ ਵੇ ਫਰੋਮ ਲੰਡਨ ਆਏ ਨੇ ਔਰ ਜਿਹੜੇ ਤੁਸੀਂ ਗਾਣਾ ਦੇਖ ਰਹੇ ਸੀ ਕਾਂਸ਼ੀ ਟੀ ਵੀ 'ਤੇ, ਇਹਨਾਂ ਦੇ ਤਿੰਨ ਗਾਣੇ ਸਾਡੇ ਲੱਗੇ ਅਤੇ ਅੱਜ ਸਾਡੇ ਨਾਲ ਬੈਠੇ ਹੈ, ਅਤੇ ਅੱਛਾ ਲੱਗਦਾ ਕਿ ਜਦੋਂ ਕਲਾਕਾਰ ਸਾਡੇ ਕੋਲ ਆ ਕੇ ਬੈਠ ਕੇ ਸਾਨੂੰ ਗੱਲਾਂ ਕਰਦੇ। ਸੋ ਅਸੀਂ ਗੁਰਮੇਲ ਕੌਰ ਜੀ ਦਾ ਸਵਾਗਤ ਕਰਾਂਗੇ। ਵੈਲਕਮ ਟੂ ਦਾ ਸ਼ੋਅ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜਗਦੀਪ ਜੀ, ਤੁਹਾਡਾ ਵੀ ਅਤੇ ਤੁਹਾਡੀ ਕਾਂਸ਼ੀ ਟੀ ਵੀ ਦੀ ਸਾਰੀ ਟੀਮ ਦਾ ਅਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਬਸ ਕਾਟੋ ਖੇਡਦੀ ਫੁੱਲਾਂ 'ਤੇ। ਇਹਦਾ ਕੀ ਮਤਲਬ ਹੁੰਦਾ ਕਾਟੋ ਖੇਡਦੀ? ਇਹਦਾ ਮੀਨਸ ਪੂਰੇ ਖੁਸ਼ ਆਨੰਦ ਆ, ਪੂਰਾ ਆਨੰਦ। ਵਾਹ, ਕਾਟੋ ਨੂੰ ਖੇਡਣ ਦਿਓ ਫਿਰ। ਕਹਿੰਦੇ ਕਾਟੋ ਖੇਡਦੀ ਹੈ ਫੁੱਲਾਂ 'ਤੇ, ਮੈਂ ਸੋਚਿਆ ਠੇਸ ਪੰਜਾਬੀ ਬੋਲਣੀ ਚਾਹੀਦੀ, ਸਾਡੇ ਜਿਹੜੇ ਲਫ਼ਜ਼ ਆ ਕਾਫੀ ਗੁੰਮ ਹੋ ਜਾਂਦੇ। ਤੁਸੀਂ ਕਾਟੋ ਤੇ ਮੈਂ ਕਾਟਾ? ਨਹੀਂ ਨਹੀਂ, ਆਪਾਂ ਤੇ ਮਾਲਕ ਆ ਕਰਦੇ। ਆਈ ਲਾਈਕ ਦੈਟ, ਆਈ ਲਾਈਕ ਦੈਟ। ਅੱਛਾ, ਤੇ ਚਲੋ ਤੁਹਾਡਾ ਅਸੀਂ ਕਾਂਸ਼ੀ ਟੀ ਵੀ 'ਤੇ ਸਵਾਗਤ ਕਰਦੇ ਹਾਂ। ਪਰ ਮੈਂ ਕਿਹਾ ਸੀ ਨਾ ਕਿ ਜਦੋਂ ਜਿਨ੍ਹਾਂ ਦੇ ਗੀਤ ਲੱਗਦੇ ਆ ਸਪੈਸ਼ਲ, ਅਸੀਂ ਇੰਟਰਵਿਊ ਜਨਰਲ ਵੀ ਕਰਦੇ ਹਾਂ ਮਿਊਜ਼ਿਕ ਦੀ, ਜਿਹਨਾਂ ਦਾ ਉਹਨਾਂ ਦੇ ਸਫ਼ਰ ਦੀ, ਲੇਕਿਨ ਗਾਣੇ ਜਿਹੜੇ ਲਗਾਉਂਦੇ ਉਹਨਾਂ ਦੀ ਫਿਰ ਅਸੀਂ ਇੰਟਰਵਿਊ ਕਰਦੇ ਹਾਂ, ਤਾਂ ਅੱਛਾ ਲੱਗਦਾ ਸਾਨੂੰ। ਸਾਨੂੰ ਪਤਾ ਲੱਗਦਾ ਕਿ ਇਸ ਕਲਾਕਾਰਾਂ ਨੇ ਕੁਝ ਕੀਤਾ ਹੋਇਆ ਜੀ। ਬੜੀ ਖੁਸ਼ੀ ਹੋਈ ਹਾਂਜੀ ਮਿਲ ਕੇ ਤੁਹਾਨੂੰ ਵੀ, ਅਤੇ ਤੁਸੀਂ ਬੜੇ ਸੋਹਣੇ ਲੱਗ ਰਹੇ ਹੋ। ਥੈਂਕ ਯੂ ਜੀ। ਹਾਂ, ਨਜ਼ਰੀਆ ਕਹਿੰਦੇ ਸੋਹਣਾ ਆ ਤਾਂ ਸਭ ਸੋਹਣੀ ਲੱਗਦੀ ਦੁਨੀਆ। ਸਤਿ ਸ਼੍ਰੀ ਅਕਾਲ। ਜੇ ਨਜ਼ਰੀਆ ਨਹੀਂ ਸੋਹਣਾ, ਨਜ਼ਰ ਜਿਹੋ ਜਿਹੀ ਮਰਜ਼ੀ ਹੋਵੇ ਬੰਦਾ ਸੋਹਣਾ ਨਹੀਂ ਲੱਗਦਾ, ਸੋਹਣਾ ਨਹੀਂ ਲੱਗਦਾ। ਲੇਕਿਨ ਮੇਰਾ ਨਜ਼ਰੀਆ ਠੀਕ ਹੈ, ਤੁਹਾਡਾ ਨਜ਼ਰੀਆ ਨੰਬਰ 1। ਤੁਸੀਂ ਵੀ ਬੜੇ ਸੋਹਣੇ ਹੋ। ਅੱਛਾ, ਤੁਹਾਨੂੰ ਲੱਗਦਾ? ਹਾਂਜੀ, ਅੱਗੇ ਦੂਰੋਂ ਦੂਰੋਂ ਦੇਖਦੇ ਸੀ, ਅੱਜ ਕੋਲੋਂ ਦੇਖਣ ਦਾ ਮੌਕਾ ਮਿਲ ਗਿਆ। ਬਈ ਕਈ ਸਿੰਗਰਸ ਕਹਿੰਦੇ ਆ ਕਿ ਜਿਹਦੀ ਅਸੀਂ ਗਾਣਾ ਤਾਂ ਲਵਾਉਂਦੇ ਹਾਂ ਅਸੀਂ ਤੇਰੇ ਨਾਲ ਆ ਕੇ ਬੈਠਣਾ। ਸੋ ਜਿਹੜੇ ਵੀ ਸਿੰਗਰ ਗਾਣੇ ਲਗਵਾਉਂਦੇ ਆ ਤੇ ਉਹ ਆ ਕੇ ਨਾਲ ਬੈਠਣਗੇ, ਉਹਨਾਂ ਦੀ ਦਿਲ ਦੀ ਤਮੰਨਾ ਪੂਰੀ ਹੋਏਗੀ। ਕਾਂਸ਼ੀ ਜੀ ਵੀ ਦੀ ਇਹੀ ਤਾਂ ਮੌਜ ਹੈ ਕਿ ਗਾਣਾ ਲਵਾਉਣ ਦਾ, ਨਾਲੇ ਤਾਂ ਇਸ ਲਾਈਕ ਡੋਨੇਸ਼ਨ, ਇਸ £100 ਇਜ਼ ਨੋਟ ਮੱਚ, ਇਸ ਲਾਈਕ ਡੋਨੇਸ਼ਨ ਟੂ ਕਾਂਸ਼ੀ ਟੀ ਵੀ। ਲੇਕਿਨ ਇੰਝ ਕਿ ਗਾਣਾ ਚੱਲਦਾ ਉਹਨਾਂ ਦਾ ਤੇ ਫਿਰ ਇੱਥੇ ਆਉਣ ਦਾ ਵੀ ਉਹਨਾਂ ਨੂੰ ਮੌਕਾ ਮਿਲਦਾ, ਕਿਉਂਕਿ ਸਾਨੂੰ ਲੋਕਾਂ ਨੂੰ ਅਸੀਂ ਦੇਖਿਆ ਅਸੀਂ ਸਾਰੇ ਸਟ੍ਰੈਸ 'ਚ ਪਰੇਸ਼ਾਨੀਆਂ 'ਚ ਗਵਾਚੇ ਫਿਰਦੇ ਹਾਂ, ਪਰ ਖੁਸ਼ੀ ਦੇ ਪਲ ਜਿਹੜੇ ਇਹ ਬੜੇ ਘੱਟ ਮਿਲਦੇ ਆ, ਉਹ ਲੱਭਣੇ ਪੈਂਦੇ ਆ। ਉਹ ਕਾਂਸ਼ੀ ਟੀ ਵੀ ਤੋਂ ਲੱਭਦੇ? ਉਹ ਲੱਭ ਜਾਂਦੇ, ਲੱਭ ਗਏ ਜੀ। ਅੱਛਾ, ਤੁਹਾਡਾ ਬੇਟਾ ਕਹਿੰਦਾ ਆਂਟੀ ਹੱਸਦੀ ਹੈ? ਹਾਂਜੀ। ਨਹੀਂ, ਬੇਟੇ ਵੱਲ ਨਹੀਂ ਦੇਖਣਾ, ਮੇਰੇ ਵੱਲ ਦੇਖ। ਪਤਾ ਕੀ ਹੈ, ਸਾਡਾ ਮਕਸਦ ਇਹੀ ਹੁੰਦਾ ਕਿ
ਜਿਹੜੀ ਮਰਜ਼ੀ ਏਜ ਦੇ ਪ੍ਰੋਗਰਾਮ ਦੇਖ ਰਹੇ ਬਿਲਕੁਲ, ਕਿਉਂਕਿ ਤੁਹਾਡਾ ਬੇਟਾ ਬੜਾ ਯੰਗ ਮੁੰਡਾ ਹੈ। ਹਾਂਜੀ। ਅਤੇ ਜਿਹੜੇ ਹੋਰ ਵੀ ਸਾਡੇ ਯੰਗਸਟਰਸ ਦੇਖਦੇ ਆ, ਬਜ਼ੁਰਗ ਦੇਖਦੇ ਆ, ਭੈਣ ਭਰਾ ਦੇਖਦੇ ਆ, ਸਾਡਾ ਮਕਸਦ ਇਹੀ ਹੁੰਦਾ ਕਿ ਸ਼ਾਮ ਉਹਨਾਂ ਦੀ ਨਾ ਸੁਹਾਨੀ ਨਿਕਲੇ, ਬਿਲਕੁਲ ਖੁਸ਼ੀ ਦੀ ਨਿਕਲੇ, ਤਾਂ ਕਿ ਨੀਂਦ ਸੋਹਣੀ ਆਵੇ। ਹਾਂਜੀ ਬਿਲਕੁਲ। ਕਦੇ ਤੁਸੀਂ ਦੇਖੋਗੇ ਕਿਸੇ ਨਾਲ ਲੜ ਕੇ ਝਗੜ ਕੇ ਨੀਂਦ ਸੋਹਣੀ ਆਈ ਨਹੀਂ ਆਉਂਦੀ, ਜੇ ਕਿਸੇ ਨੂੰ ਆਪਾਂ ਖੁਸ਼ ਕਰਦੇ ਹਾਂ ਨਾ ਨੀਂਦ ਬੜੀ ਸੋਹਣੀ ਆਉਂਦੀ। ਬਿਲਕੁਲ। ਸੋ ਮੈਂ ਬਿਲੀਵ ਕਰਦੀ ਹਾਂ ਕਿ ਖੁਸ਼ ਹੋ ਕੇ ਸ਼ਾਮ ਗੁਜ਼ਾਰੋ ਤਾਂ ਕਿ ਨੀਂਦ ਬਹੁਤ ਸੋਹਣੀ ਆਏ। ਹਾਂਜੀ, ਖੁਸ਼ ਰਹੋ ਅਤੇ ਦੂਜਿਆਂ ਨੂੰ ਵੀ ਖੁਸ਼ ਰੱਖੋ। ਖੁਸ਼ ਰੱਖੋ। ਹਾਂਜੀ, ਮਕਸਦ ਇਹੀ ਹੋਣਾ ਚਾਹੀਦਾ ਜ਼ਿੰਦਗੀ ਦਾ ਕਿ ਖੁਸ਼ ਰਹੋ, ਖੁਸ਼ ਰਹਿਣ ਦਿਓ, ਖੁਸ਼ੀ ਦੀਆਂ ਪੈੜਾਂ ਲਿਵ ਐਂਡ ਲੈਟ ਲਿਵ। ਬਿਲਕੁਲ ਬਿਲਕੁਲ। ਜਿਵੇਂ ਮੇਰਾ ਜ਼ਿੰਦਗੀ ਜਿਓ ਅਤੇ ਜੀਉਣ ਦਿਓ, ਨਿੱਕੀ ਜਿਹੀ ਜ਼ਿੰਦਗੀ, ਨਿੱਕੀ ਜਿਹੀ ਜ਼ਿੰਦਗੀ। ਯਾਨੀ ਇਹ ਗਾਣੇ ਦੇ ਨਾ ਏ ਐਸ ਕੰਗ ਦਾ ਗਾਇਆ ਹੋਇਆ ਰੇਡੀਓ 'ਤੇ ਨਾ ਸਾਡੇ ਅੱਛਾ, ਤੇ ਉਹ ਨਾ ਕਹਿਣਾ ਜਿਹਦੀ ਉਹ ਗਾਣਾ ਲਗਾ, ਨਿੱਕੀ ਜਿਹੀ ਜ਼ਿੰਦਗੀ ਹੈ, ਹਾਂਜੀ, ਤੁਸੀਂ ਖੁਸ਼ ਖੁਸ਼ ਰਹਿਆ ਕਰੋ, ਮੈਂ ਖੁਸ਼ ਕਰਨ ਦੀ ਸਭ ਨੂੰ ਕੋਸ਼ਿਸ਼ ਕਰਦੀ ਹਾਂ। ਤੁਹਾਨੂੰ ਆਉਂਦਾ ਹੈ ਗਾਣਾ? ਫਿਰ ਐਂ ਕਰੋ, ਇਸ ਤੋਂ ਸ਼ੁਰੂ ਹੋ ਜਾਓ। ਹਾਂਜੀ, ਥੋੜ੍ਹੀ ਦੋ ਦੋ ਲਾਈਨਾਂ ਸੁਣਾ, ਦੋ ਹੀ ਲਾਈਨਾਂ। ਹਾਂਜੀ। ਪਤਾ ਨਹੀਂ ਕਿ ਸੱਜਣਾ ਕਰਾਉਣੀ ਨੂੰ ਇਹ ਫਿਰਦੀ ਜ਼ਿੰਦਗੀ ਨੀ ਮਾਣੀ ਜਾਵੇ ਹੱਥਾਂ ਵਿੱਚੋਂ ਕਿਰਦੀ ਪਤਾ ਨਹੀਂ ਕਿ ਸੱਜਣਾ ਕਰਾਉਣੀ ਨੂੰ ਇਹ ਫਿਰਦੀ ਜ਼ਿੰਦਗੀ ਨੀ ਮਾਣੀ ਜਾਵੇ ਹੱਥਾਂ ਵਿੱਚੋਂ ਕਿਰਦੀ ਚੱਲੇ ਜਿਹੇ ਪੰਛੀ ਹਾਂ ਪੋਲੇ ਜਿਹੇ ਪੰਛੀ ਹਾਂ ਕੁੜਕੀ ਜਿਹੀ ਹੈ ਜ਼ਿੰਦਗੀ ਜੀਓ ਅਤੇ ਜਿਉਣ ਦਿਓ ਨਿੱਕੀ ਜਿਹੀ ਹੈ ਜ਼ਿੰਦਗੀ ਨਿੱਕੀ ਜਿਹੀ ਹੈ ਜ਼ਿੰਦਗੀ ਕਿਆ ਬਾਤ ਹੈ ਬੜੀ ਖੂਬਸੂਰਤ ਆਵਾਜ਼ ਹੈ ਤੁਹਾਡੀ ਗੁਰਮੇਲ ਜੀ ਹੈ ਨਾ ਅੱਛਾ ਲੱਗਦਾ ਹੈ ਕਿ ਜਿਹੜੇ ਖੂਬਸੂਰਤ ਆਵਾਜ਼ ਵਾਲੇ ਗੀਤ ਗਾਣ ਆਪਣਾ ਹੁਨਰ ਬਾਹਰ ਦਿਖਾਉਣ ਯੂਨੋ ਨਹੀਂ ਤਾਂ ਹੁਨਰ ਅੰਦਰ ਹੀ ਰਹਿ ਜਾਂਦਾ ਜੇ ਨਾ ਦਿਖਾਓ ਹੈ ਨਾ ਕੁਦਰਤ ਐਕਚੁਅਲੀ ਮੌਕਾ ਦਿੰਦੀ ਆ ਕਈ ਵਾਰੀ ਪਤਾ ਵੀ ਹੁੰਦਾ ਹੈ ਪਰ ਹਰ ਇੱਕ ਦੇ ਬਸ ਦੀ ਗੱਲ ਨਹੀਂ ਹਰ ਇੱਕ ਨੂੰ ਮੌਕਾ ਨਹੀਂ ਮਿਲਦਾ ਮੈਂ ਤਾਂ ਰੱਬ ਦਾ ਹੀ ਸ਼ੁਕਰ ਕਰਦੀ ਹੁੰਦੀ ਉਹਨੇ ਮੌਕਾ ਦਿੱਤਾ ਕਿ ਸ਼ੌਕ ਪੂਰਾ ਕਰ ਲਓ ਬਿਲਕੁਲ ਕਦੋਂ ਸ਼ੌਕ ਪਿਆ ਤੁਹਾਨੂੰ ਮਿਊਜ਼ਿਕ ਦਾ ਐਕਚੁਅਲੀ ਮੈਨੂੰ ਛੋਟੀ ਹੁੰਦੀ ਤੋਂ ਹੀ ਗਾਉਣ ਦਾ ਸ਼ੌਕ ਆ ਫਿਰ ਕਿਹੜੀ ਜਗ੍ਹਾ ਤੇ ਸੀ ਰਹੀਮਪੁਰ ਆ ਸਾਡਾ ਪਿੰਡ ਕਾਲਾ ਸੰਘਿਆ ਲਾਗੇ ਉੱਥੇ ਪੈਦਾ ਹੋਏ ਉੱਥੇ ਹੀ ਪੈਦਾ ਹੋਈ ਹਾਂਜੀ ਤੇ ਉੱਥੋਂ ਹੀ ਸ਼ੌਕ ਹੋਇਆ ਹਾਈ ਸਕੂਲ 'ਚ ਉੱਥੇ ਹਾਈ ਸਕੂਲ ਮੈਟ੍ਰਿਕ ਪਾਸ ਕੀਤੀ ਅਤੇ ਸਕੂਲ 'ਚ ਵੀ ਗਾਉਂਦੇ ਰਹੇ ਫਿਰ ਕਾਲਜ ਗਏ ਕਾਲਜ ਜਾ ਕੇ ਜਿਹੜਾ ਕਾਲਜ ਦਾ ਆਪਣਾ ਟੈਲੈਂਟ ਸ਼ੋਅ ਹੁੰਦਾ ਉਹਦੇ 'ਚੋਂ ਕਾਲਜ ਕਿੱਥੇ ਜਲੰਧਰ ਗਏ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ ਨਕੋਦਰ ਅੱਛਾ ਅੱਛਾ ਹਾਂਜੀ ਤੇ ਉੱਥੇ ਮੈਂ ਫਸਟ ਪ੍ਰਾਈਜ਼ ਜਿੱਤਿਆ ਫੋਕ ਸਿੰਗਿੰਗ 'ਚੋਂ ਅੱਛਾ ਵੈਰੀ ਗੁੱਡ ਹਾਂਜੀ ਫਿਰ ਪੰਜਾਬ ਯੂਨੀਵਰਸਿਟੀ ਸੋਰੀ ਗੁਰੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਟਿਆਲਾ ਮੈਂ ਕੀਤੀ ਮੈਂ ਅੱਛਾ ਮਿਊਜ਼ਿਕ ਦੀ ਨਹੀਂ ਨਹੀਂ ਪੰਜਾਬੀ ਪੰਜਾਬੀ ਕਿਉਂਕਿ ਮੈਂ ਐਕਚੁਅਲੀ ਮੇਰਾ ਸ਼ੌਕ ਮੈਨੂੰ ਲਿਖਣ ਦਾ ਸੀ ਅੱਛਾ ਮੈਂ ਲਿਖਦੀ ਹਾਂ ਮੇਰੀਆਂ ਦੋ ਪੰਜਾਬੀ ਦੀਆਂ ਕਵਿ ਕਾਵਿ ਸੰਗ੍ਰਹਿ ਆ ਚੁੱਕੇ ਆ ਪੋਇਟਰੀ ਦੀਆਂ ਦੋ ਕਿਤਾਬਾਂ ਅਤੇ ਬਾਕੀ ਸਾਂਝੀਆਂ ਤਾਂ ਬਹੁਤ ਹੋਰ ਕਵੀਆਂ ਦੇ ਨਾਲ ਲੇਖਕਾਂ ਦੇ ਕੋਲੈਬੋਰੇਟ ਕੀਤਾ ਹੈ ਅਤੇ ਇੱਕ ਮੇਰੀ ਪੰਜਾਬੀ ਦੀ ਕਿਤਾਬ ਦਰਦ ਵੱਲੜੇ ਦਾ ਲੱਥਾ ਵੀ ਕੀਤਾ ਆ ਟ੍ਰਾਂਸਲੇਸ਼ਨ ਕੀਤੀ ਆ ਪੰਜਾਬ ਯੂਨੀਵਰਸਿਟੀ ਤੋਂ ਪ੍ਰੋਫੈਸਰ ਦਿਆਲ ਸਿੰਘ ਦਿਆਲ ਜੀ ਨੇ ਅਤੇ ਲਾਹੌਰ ਤੋਂ All right. ਤੇ ਉਹ ਮੈਨੂੰ ਕੁਝ ਕਾਪੀਆਂ ਭੇਜੀ ਹੁਣੇ ਛੇਤੀ ਦੇ ਕੇ ਗਏ ਆ ਥੋੜੀ ਦਿਨ ਪਹਿਲਾਂ ਹੀ ਤੇ ਲਿਖਣ ਦਾ ਸ਼ੌਕ ਸੀ ਹਾਂਜੀ ਲਿਖਣ ਦਾ ਸ਼ੌਕ ਲਿਖਣ ਦੇ ਸ਼ੌਕ ਨੂੰ ਤੁਸੀਂ ਅੱਗੇ ਵਧਾਇਆ ਤੇ ਗਾਉਣ ਦਾ ਮੇਰਾ ਸੁਪਨਾ ਸੀ
ਦੈਟਸ ਨਾਈਸ, ਕਿਉਂਕਿ ਪਤਾ ਨਹੀਂ ਸੀ, ਉਹ ਸ਼ੌਕ ਨਹੀਂ ਰਹਿ ਗਿਆ ਸੀ, ਉਹ ਸੁਪਨਾ ਹੀ ਰਹਿ ਗਿਆ ਸੀ, ਪਤਾ ਨਹੀਂ ਸੀ ਪੂਰਾ ਹੋਣਾ ਜਾਂ ਨਹੀਂ। ਨਹੀਂ ਨਹੀਂ, ਬਸ ਪੂਰਾ ਕਰ ਰਹੇ ਹੋ ਤੁਸੀਂ, ਪੂਰਾ ਕਰ ਰਹੇ ਹੋ। ਔਰ ਕਾਂਸ਼ੀ ਟੀਵੀ ਬੜਾ ਸਕਰੀਨ 'ਤੇ ਦਿਖਾਉਂਦਾ, ਮਕਸਦ ਇਹ ਹੁੰਦਾ ਕਿ ਕਿਸੇ ਦਾ ਵੀ ਮਕਸਦ ਜਿਹੜਾ ਪੂਰਾ ਹੋਵੇ ਨਾ, ਕਿਸੇ ਦੀ ਖੁਸ਼ੀ ਵਿੱਚ ਜੇ ਖੁਸ਼ੀ ਸ਼ਾਮਿਲ ਕਰੋ। ਸੋ ਸਾਡੀ ਕਾਂਸ਼ੀ ਟੀਵੀ ਨੂੰ ਖੁਸ਼ੀ ਸ਼ਾਮਿਲ ਹੁੰਦੀ ਹੈ ਜਦੋਂ ਅਸੀਂ ਕਿਸੇ ਨੂੰ ਸਕਰੀਨ 'ਤੇ ਦਿਖਾਉਂਦੇ ਹਾਂ। ਜੀ ਬਿਲਕੁਲ, ਯੂ ਨੋ ਸਾਨੂੰ ਵੀ ਖੁਸ਼ੀ ਹੁੰਦੀ ਹੈ ਅਸੀਂ ਜਦੋਂ ਮੌਕਾ ਮਿਲਦਾ, ਸਾਡੀਆਂ ਰਚਨਾਵਾਂ ਆਉਂਦੀਆਂ, ਸਾਨੂੰ ਮੌਕਾ ਮਿਲਿਆ ਅੱਜ, ਬਹੁਤ ਖੁਸ਼ੀ ਹੋਈ। ਦੈਟਸ ਨਾਈਸ, ਦੈਟਸ ਨਾਈਸ। ਅੱਛਾ, ਫਿਰ ਤੁਸੀਂ ਜਨਮ ਤੋਂ ਬਾਅਦ ਉੱਥੇ ਐਜੂਕੇਸ਼ਨ ਤੋਂ ਬਾਅਦ, ਹਾਂਜੀ ਪਹਿਲਾਂ ਹੀ ਲਿਖਣ ਲੱਗ ਗਏ ਸੀ ਕਿ ਪੂਰੀ ਐਜੂਕੇਸ਼ਨ ਪਹਿਲਾਂ ਹੀ ਲਿਖਣ ਲੱਗ ਗਏ ਸੀ? ਕਾਲਜ ਟਾਈਮ ਹੀ ਐਕਚੁਅਲੀ ਲਿਖਦੀ, ਪਹਿਲਾਂ ਤਾਂ ਪਹਿਲਾਂ ਕੋਈ ਨੌਲੇਜ ਨਹੀਂ ਸੀ ਕਿ ਮੈਂ ਕੀ ਲਿਖਦੀ ਹਾਂ ਕੀ ਨਹੀਂ। ਜਦੋਂ ਕਾਲਜ ਗਈ ਮੈਂ, ਅਤੇ ਉੱਥੇ ਟੈਸਟ ਹੋਇਆ, ਕਾਲਜ ਮੈਗਜ਼ੀਨ ਲਈ ਐਡੀਟਰ ਦੇਖਦੇ ਸੀਗੇ। ਅੱਛਾ, ਐਂਡ ਮੈਂ ਉਹ ਜਿੱਤਿਆ ਟੈਸਟ ਜਿਹੜਾ ਸੀਗਾ, ਅਤੇ ਪਹਿਲੇ ਦਰਜੇ 'ਤੇ ਪਾਸ ਕਰਕੇ ਮੈਂ ਕਾਲਜ ਮੈਗਜ਼ੀਨ ਦੀ ਐਡੀਟਰ ਬਣੀ ਪੰਜਾਬੀ ਵਿੰਗ ਦੀ। ਅਤੇ ਫਿਰ ਮੇਰੇ ਪ੍ਰੋਫੈਸਰ ਸਾਹਿਬ ਜਿਹੜੇ ਸੀ, ਉਹਨਾਂ ਨੇ ਮੇਰੀਆਂ ਕਵਿਤਾਵਾਂ ਦੇਖੀਆਂ, ਲੇਖ ਲਿਖੇ ਸੀ, ਦੇਖੇ ਸਾਰਾ ਦੇਖ ਕੇ, ਅਤੇ ਉਹਨਾਂ ਨੇ ਕਿਹਾ ਬਹੁਤ ਵਧੀਆ ਆ ਤੁਸੀਂ ਕਵਿਤਾਵਾਂ। ਸ਼ੇਰ ਸ਼ਾਇਰੀ ਵਾਂਗੂ ਲਿਖਦੇ ਹੋ ਤੁਸੀਂ? ਹਰ ਤਰ੍ਹਾਂ ਦੀ ਕਵਿਤਾ ਲਿਖਦੀ ਹਾਂ ਜੀ, ਕੁਛ ਸ਼ੇਰਾਂ ਵਾਂਗੂ ਹੀ। ਹਾਂਜੀ, ਕੁਛ ਸੁਣਾਓ ਕਵਿਤਾ ਦਾ ਹਾਂਜੀ, ਚਾਹੇ ਬੁੱਕ 'ਚ ਹੋਵੇ ਕਿਸ ਤਰ੍ਹਾਂ ਹੋਵੇ। ਦੋਸਤੋ, ਜਿਹੜਾ ਹੈ ਨਾ ਕਿਸੇ ਚੀਜ਼ ਦਾ ਸ਼ੌਕ, ਸ਼ੇਰ ਸ਼ਾਇਰੀ ਦਾ ਸ਼ੌਕ ਲਿਖਣਾ ਔਰ ਗੀਤਾਂ ਦਾ ਲਿਖਣਾ ਔਰ ਗੀਤ ਗਾਉਣਾ, ਇਹ ਕਦੇ ਵੀ ਇੰਝ ਨਹੀਂ ਕਿ ਇੱਕਦਮ ਥੋੜ੍ਹੀ ਜਿਹੀ ਯਾਦ ਹੋ ਜਾਂਦਾ। ਜੋ ਤੁਸੀਂ ਲਿਖਦੇ ਹੋ ਨਾ, ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਦਿਮਾਗ 'ਚੋਂ ਕੀ ਆ ਰਿਹਾ, ਤੁਸੀਂ ਕੀ ਲਿਖ ਰਹੇ ਹੋ, ਉਸ ਤੋਂ ਬਾਅਦ ਤੁਹਾਨੂੰ ਉਹਨੂੰ ਸਵਾਰ ਕੇ ਨਾ ਪਤਾ ਲੱਗਦਾ ਕਿ ਯੈਸ, ਹੁਣ ਇਹਦਾ ਕੁਛ ਮੀਨਿੰਗ ਨਿਕਲ ਰਿਹਾ, ਹੁਣ ਅਸੀਂ ਇਸ ਨੂੰ ਲਿਖੀਏ। ਅਤੇ ਗੁਰਮੇਲ ਕੌਰ ਜੀ ਨੇ ਤਾਂ ਫਿਰ ਬੁੱਕਸ ਲਿਖ ਕੇ ਰੱਖਦੀਆਂ ਸ਼ੇਰ ਸ਼ਾਇਰੀ ਦੀਆਂ, ਅਤੇ ਅਸੀਂ ਇਹਨਾਂ ਨੂੰ ਕਹਾਂਗੇ ਜ਼ਰੂਰ ਹੀ ਆਪਣੀ ਬੁੱਕ ਦੇ ਵਿੱਚੋਂ ਕੁਛ ਨਾ ਕੁਛ ਸੁਣਾ। ਹਾਂਜੀ, ਛੋਟੀ ਜਿਹੀ ਸੂਫੀ ਕਵਿਤਾ ਆ। ਹਾਂਜੀ, ਛੋਟੀ ਜਿਹੀ ਸੁਣਾਈ। ਇਸ਼ਕ ਦਾ ਸੱਜਣਾ ਰੋਗ ਵੱਲੜਾ, ਜਿਸ ਲੱਗਿਆ ਸੋ ਜਾਣੇ, ਇਸ਼ਕ ਦਾ ਪੈਂਡਾ ਨਹੀਂ ਸੁਖਾਲਾ, ਨਾ ਕਰ ਜ਼ੋਰ ਤਿਗਾਣੇ, ਧਰਮਾਂ ਜ਼ਾਤਾਂ ਅਤੇ ਉੱਚਾ ਨੀਚਾਂ, ਨਾ ਫਕਰਾਂ ਜਰਵਾਣੇ, ਨਾ ਪਹਿਚਾਣੇ ਸੋਹਣੀਆਂ ਸ਼ਕਲਾਂ, ਨਾ ਪੁਸ਼ਾਕਾਂ ਬਾਣੇ, ਨੂਰ ਇਲਾਹੀ ਕਣ ਕਣ ਵਸਦਾ, ਜਗ ਚੰਦਰਾ ਨਾ ਜਾਣੇ, ਸੰਗਾ ਇਸ ਇਸ਼ਕੇ ਦੀ ਅੱਗ ਨੂੰ ਠੰਡਾ ਕਰਕੇ ਮਾਣੇ। ਇਹ ਮੇਰਾ ਗੀਤ ਰਿਕਾਰਡ ਵੀ ਹੋਇਆ, ਇਸ਼ਕ ਦੀ ਅੱਗ। ਹਾਂਜੀ, ਠੰਡਾ ਕਰਕੇ ਮਾਣੇ ਜੀ। ਇਹ ਜਿਹੜੀ ਇਸ਼ਕ ਦੀ ਅੱਗ ਹੈ, ਉਹ ਦੂਸਰੀ ਅੱਗ ਨਹੀਂ ਦੋਸਤੋ ਕਿ ਅੱਗ ਬੁਝਾਉਣੀ ਪੈਂਦੀ ਹੈ। ਹਾਂਜੀ, ਜਿਹੜੀ ਇਸ਼ਕ ਦੀ ਅੱਗ ਹੈ ਨਾ, ਚਾਹੇ ਰੱਬ ਨਾਲ ਜਾਂ ਠੰਡੀ ਹੁੰਦੀ ਹੈ। ਹਾਂਜੀ, ਇਹਨੂੰ ਕਿਹਾ ਗਿਆ ਅੱਗ ਹੈ, ਹਾਂਜੀ, ਲੇਕਿਨ ਇਹ ਠੰਡੀ ਹੁੰਦੀ ਹੈ। ਹਾਂਜੀ, ਸਬਰ ਸੰਤੋਖ, ਸਬਰ ਸੰਤੋਖ ਵਾਲੀ। ਔਰ ਇਸ਼ਕ ਜਿਹੜਾ ਨਾ, ਸੱਚਾ ਉਹੀ ਕਰੂਗਾ ਜਿਹਦੇ 'ਚ ਸਬਰ ਸੰਤੋਖ ਹੋਏਗਾ, ਜਿਹਦੇ 'ਚ ਸਕੂਨ ਹੋਏਗਾ, ਜਿਸ ਦੇ ਪਿਆਰ 'ਚ ਸਕੂਨ ਹੋਏਗਾ, ਉਹ ਸੱਚਾ ਪਿਆਰ ਹੁੰਦਾ। ਜਿਹੜੇ ਜਿਹਦੇ ਇਸ਼ਕ 'ਚ ਵਾਕਈ ਅੱਗ ਵਾਲੀ ਅੱਗ ਹੈ ਨਾ, ਉਹ ਕਦੇ ਸਿਰੇ ਨਹੀਂ ਚੜੇਗਾ। ਨਹੀਂ, ਸ਼ਬਦ ਨੂੰ ਦੂਜੇ ਪਾਸੇ ਨੂੰ ਲੈ ਜਾਂਦੇ ਆ, ਕਿਉਂਕਿ ਉਹ ਨਹੀਂ ਹੁੰਦਾ। ਹੁਣ ਜਿਵੇਂ ਸਾਡੇ ਗੁਰੂਆਂ ਪੀਰਾਂ ਨੇ, ਭਗਤਾਂ ਨੇ ਰੱਬ ਨਾਲ ਇਸ਼ਕ ਕੀਤਾ, ਜਿਹੜੇ ਹੁਣ ਪੜ੍ਹਾਈ ਦੇ ਨਾਲ ਜੁੜੇ, ਉਹਨਾਂ ਨੂੰ ਪੜ੍ਹਨ ਦਾ ਇਸ਼ਕ ਆ, ਕਿਸੇ ਨੂੰ ਗਾਉਣ ਦਾ ਆ, ਕਿਸੇ ਨੂੰ ਹਰ ਚੀਜ਼ ਜਿਹੜੀ ਹੁੰਦੀ ਆ ਉਹ ਆਪਣੇ ਆਪ। ਜਿਹੜਾ ਪਿਆਰ ਮੁਹੱਬਤ ਹੁੰਦਾ ਨਾ, ਇਹ ਜ਼ਰੂਰੀ ਨਹੀਂ ਕਿ ਮਾਸ਼ੂਕ ਦੇ ਨਾਲ ਹੀ ਨਹੀਂ, ਇਹ ਤੁਸੀਂ ਰੱਬ ਨਾਲ ਕਰ ਸਕਦੇ ਹੋ, ਭੈਣ ਭਰਾ ਨਾਲ ਕਰ ਸਕਦੇ ਹੋ, ਮਾਂ ਬਾਪ ਨਾਲ ਕਰ ਸਕਦੇ ਹੋ। ਪਿਆਰ ਤਾਂ ਪਿਆਰ ਹੀ ਹੈ ਨਾ। ਹਾਂਜੀ ਹਾਂਜੀ, ਮਤਲਬ ਪਿਆਰ ਦੇ ਰੂਪ ਅਲੱਗ ਅਲੱਗ ਹੈ, ਤੁਸੀਂ ਕਿਹਦੇ ਨਾਲ ਕਿਹਾ ਜਿਹਾ ਪਿਆਰ ਕਰਦੇ। ਹਾਂਜੀ, ਸੋ ਉਹਨਾਂ ਰੂਪਾਂ ਨੂੰ ਆਪਾਂ ਦੇਖਦੇ ਹਾਂ। ਕੋਈ ਗੀਤ ਕਿਹੜਾ ਹੋਰ ਸੁਣਾਓਗੇ? ਗੀਤ ਮੈਂ ਛੋਟਾ ਜਿਹਾ ਸੁਣਾਉਂਦੀ ਹਾਂ, ਤੁਸੀਂ ਲਾਰੇ। ਹਾਂਜੀ ਹਾਂਜੀ, ਤੜਕੇ ਉੱਠ ਮਾਲਕ ਨੂੰ ਤਿਉਂਦੇ, ਮਾਪਿਆਂ ਦਾ ਜਗ ਤੇ ਨਾਂ ਚਮਕਾਉਂਦੇ,
ਦੂਜਿਆਂ ਲਈ ਮੈਂ ਫਿਲਾਂ ਸਜਾਉਂਦੇ ਉਹ ਤਾਰਿਆਂ ਵਰਗੇ ਨੇ ਤੇਰੇ ਵਾਅਦੇ ਸੱਜਣਾ ਤੇਰੇ ਵਾਅਦੇ ਸੱਜਣਾ ਲੱਗਦੇ ਸਾਨੂੰ ਲਾਰਿਆਂ ਵਰਗੇ ਨੇ ਤੇਰੇ ਵਾਅਦੇ ਸੱਜਣਾ। ਕਿਆ ਬਾਤ ਹੈ, ਕਿਆ ਬਾਤ। ਇਹ ਆਪੇ ਲਿਖੇ ਗੀਤ ਤੁਸੀਂ? ਆਪੇ ਲਿਖੇ। ਤੇ ਜਿਹੜੇ ਤੁਸੀਂ ਗੀਤ ਗਾਉਂਦੇ ਹੋ ਉਹ ਸਾਰੇ ਆਪ ਲਿਖਦੇ ਹੋ? ਆਪ ਹੀ ਲਿਖਦੀ ਹਾਂ ਜੀ। ਅੱਛਾ, ਦੈਟਸ ਨਾਈਸ। ਕਿਸੇ ਦਾ ਲਿਖਿਆ ਨਹੀਂ ਗਾਉਂਦੇ? ਨਹੀਂ। ਦੈਟਸ ਵੈਰੀ ਗੁੱਡ। ਚਲੋ ਪੈਸੇ ਦੇਣੇ ਪੈਂਦੇ ਐਵੇਂ ਗਾਣ ਲਿਖਣ ਦੇ। ਹਾਂਜੀ। ਅੱਛਾ, ਆਪ ਲਿਖ ਕੇ ਫਿਰ ਉਹਨਾਂ ਨੂੰ ਆਪ ਹੀ ਗਾਉਂਦੇ? ਫਿਰ ਤੁਹਾਡਾ 뮤직 ਕੌਣ ਬਣਾਉਂਦਾ? ਅਲੱਗ ਅਲੱਗ 뮤직 ਡਾਇਰੈਕਟਰ ਤੇ ਬਣਵਾਏ? ਹਾਂਜੀ, 뮤직 ਡਾਇਰੈਕਟਰ ਅਲੱਗ ਅਲੱਗ ਜਿੱਥੇ ਸੈਟ ਲੱਗ ਜਾਂਦਾ। ਜਿਵੇਂ ਹੁਣ ਕਾਫੀ ਲੋਕਾਂ ਦੇ ਸੱਦੇ ਆਏ ਕਿ ਸਾਡੇ ਨਾਲ ਕਰ ਲਓ, ਸਾਡੇ ਨਾਲ ਕਰ ਲਓ 뮤직, ਤੇ ਉੱਥੇ ਫਿਰ ਸਾਨੂੰ ਕੋਸਟ ਦੀ ਫਿਰ ਆਪਣੀ ਮਰਜ਼ੀ ਦੀ ਰਿਆਇਤ ਹੁੰਦੀ ਹੈ ਕਿ ਹੁਣ ਜਿਵੇਂ ਜਿਹੜਾ ਤਾਂ ਬੰਦਾ ਕਮਾਉਂਦਾ ਆ ਚੰਗੇ ਰੱਖ ਕੇ ਪੈਸੇ ਗਾ ਕੇ, ਉਹ ਲਈ ਸੌਖਾ ਹੁੰਦਾ, ਤੇ ਜਿਹੜਾ ਸ਼ੌਕ ਲਈ ਬੰਦਾ ਕਰਦਾ ਆ ਉਹਨੂੰ ਆਪਣੇ ਸ਼ੌਕ ਲਈ ਕੁਛ ਹੋਰ ਸ਼ੌਕ ਮਾਰਨੇ ਪੈਂਦੇ ਆ। ਬਿਲਕੁਲ ਬਿਲਕੁਲ, ਫਿਰ ਕਈ ਵਾਰੀ ਉਹਨਾਂ ਦੀ ਮਾਲੀ ਤੌਰ 'ਤੇ ਔਖਾ ਹੋ ਜਾਂਦਾ। ਹਾਂਜੀ ਹਾਂਜੀ, ਬਿਲਕੁਲ। ਚਲੋ, ਅਸੀਂ ਤਾਂ ਰੱਬ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਤੁਸੀਂ ਮਾਲੀ ਤੌਰ 'ਤੇ ਵੀ ਅੱਛੇ ਰਹੋ, ਤੁਸੀਂ ਆਪਣੀ ਲਿਖਤ ਨੂੰ ਆਪਣੇ ਗੀਤਾਂ ਵਿੱਚ ਲੈ ਕੇ ਆਓ ਔਰ ਅੱਛੀ ਤਰ੍ਹਾਂ ਦੁਨੀਆਂ ਦੇ ਸਾਹਮਣੇ ਆਓ। ਪਤਾ ਲੱਗੇ ਕਿ ਕੋਈ ਗੁਰਮੇਲ ਕੌਰ ਸਾਡਾ ਸੰਘਾ ਜੀ ਹੈ ਸਿੰਗਰ ਜਿਹੜੇ ਦੁਨੀਆਂ 'ਚ ਗਾਉਂਦੇ ਹੈ ਔਰ ਲਿਖਦੇ ਹੈ। ਸਾਡੀਆਂ ਇਹੀ ਦੁਆਵਾਂ ਤੁਹਾਡੇ ਦੇ ਨਾਲ। ਹਾਂਜੀ, ਅਤੇ ਜਿਹੜਾ ਤੁਸੀਂ ਰੀਸੈਂਟਲੀ ਮਿਰਜ਼ਾ ਗਾਇਆ ਉਹ ਬ੍ਰੇਕ ਤੋਂ ਬਾਅਦ ਸੁਣਾਓਗੇ ਕਿ ਪਹਿਲਾਂ ਹੀ ਸੁਣਾਓਗੇ? ਜਦੋਂ ਮਰਜ਼ੀ ਸੁਣ ਲਓ ਆਪਾਂ। ਜਿਹੜਾ ਲਾਹੌਰ ਵਾਲਾ ਗਾਣਾ ਜਿਹੜਾ ਅਸੀਂ ਦਿਖਾਇਆ ਕਾਂਸ਼ੀ ਟੀਵੀ 'ਤੇ ਵੀ ਚੱਲਿਆ, ਅਤੇ ਇਹਦੀਆਂ ਦੋ ਦੋ ਲਾਈਨਾਂ ਪਹਿਲਾਂ ਸੁਣਾਓ ਸਾਨੂੰ ਲਾਹੌਰ ਦੀਆਂ। ਲਾਹੌਰ ਦੀ ਸੈਰ ਕਰਾ ਦੇ ਠੋਲਾ, ਲਾਹੌਰ ਦੀ ਸੈਰ ਕਰਾ ਦੇ ਮਾਇਆ, ਮੰਗਾਂ ਕੁਝ ਹੋਰ ਨਾ। ਲਾਹੌਰ ਦੀ ਸੈਰ ਕਰਾ ਦੇ ਠੋਲਾ, ਮੰਗਾਂ ਕੁਝ ਹੋਰ ਨਾ। ਤੇਰੇ ਤੋਂ ਬਗੈਰ ਮੇਰਾ, ਤੇਰੇ ਤੋਂ ਬਗੈਰ ਮੇਰਾ ਕਿਸੇ 'ਤੇ ਵੀ ਜ਼ੋਰ ਨਾ। ਲਾਹੌਰ ਦੀ ਸੈਰ ਕਰਾ ਦੇ ਠੋਲਾ, ਲਾਹੌਰ ਦੀ ਸੈਰ ਕਰਾ ਦੇ ਮਾਇਆ, ਮੰਗਾਂ ਕੁਝ ਹੋਰ ਨਾ। ਕਿਆ ਬਾਤ ਹੈ, ਕਿਆ ਬਾਤ ਹੈ। ਇਹ ਫਿਰ ਲਾਹੌਰ ਤੋਂ ਗਾਣਾ ਬਣਵਾਇਆ, ਜਿਹੜੀ ਵੀਡੀਓ ਬਣਾਈ ਸੀਗੀ? ਅੱਛਾ, ਉਹ ਕਿਸੇ ਤੋਂ ਬਣਵਾਇਆ ਤੁਸੀਂ? ਆਪ ਨਹੀਂ ਵਿੱਚ ਆਏ? ਨਹੀਂ, ਆਪ ਨਹੀਂ ਮੈਂ ਆਈ, ਕਿਉਂਕਿ ਮੈਂ ਸਿਰਫ ਇੱਥੇ ਹੀ ਪੇ ਕਰਕੇ ਬਣਵਾਇਆ ਸੀ। ਅੱਛਾ 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 ਅੱਛਾ, ਦੈਟਸ ਗੁੱਡ। ਮਤਲਬ ਕਿ ਤੁਹਾਡਾ ਦਿਲ ਨਹੀਂ ਕਰਦਾ ਕਿ ਮੈਂ ਆਪ ਹੀ ਆਵਾਂ ਸਾਰੇ ਵੀਡੀਓਜ਼ ਦੇ ਵਿੱਚ? ਐਕਚੁਅਲੀ ਵੀਡੀਓ 'ਚ ਮੈਂ ਕਿਸੇ ਬਹੁਤ ਘੱਟ ਆਈ ਹਾਂ। ਕਿਉਂ? ਹਾਂਜੀ, ਨਹੀਂ ਪਰ ਤੁਸੀਂ ਬੜੇ ਖੂਬਸੂਰਤ ਹੋ। ਥੈਂਕ ਯੂ ਜੀ। ਸ਼ਰਮ ਆਉਂਦੀ ਹੈ ਤੁਹਾਨੂੰ ਵੀਡੀਓ 'ਚ ਆਉਂਦਿਆਂ ਨੂੰ? ਹਾਂ, ਨਹੀਂ ਨਹੀਂ, ਆਪਣੀ ਬਣਾਓ। ਮਤਲਬ ਕਈਆਂ ਤਾਂ ਇਹ ਹੁੰਦਾ ਵੀ ਜਿਹੜੀ ਸਾਡੀ ਵੀਡੀਓ ਹੈ ਅਸੀਂ ਗਾਇਆ ਤਾਂ ਅਸੀਂ ਆਪ ਆਈਏ। ਕਈ ਵਾਰੀ ਮੈਂ ਦੇਖਿਆ ਕਿ ਵੀਡੀਓ ਡਾਇਰੈਕਟਰ ਲੈਂਦੇ ਨਹੀਂ, ਉਹਨਾਂ ਨੂੰ ਕਹਿੰਦੇ ਤੁਸੀਂ ਬੈਕਗਰਾਊਂਡ 'ਤੇ ਰਹੋ, ਅਤੇ ਕਈ ਵਾਰੀ ਜਿਨ੍ਹਾਂ ਨੇ ਗਾਇਆ ਹੁੰਦਾ ਉਹਨਾਂ ਨੂੰ ਹੁੰਦਾ ਵੀ ਨਹੀਂ ਅਸੀਂ ਵੀਡੀਓ 'ਚ ਆਉਣਾ। ਐਂਡ ਗੱਲ ਵੀ ਸੱਚੀ ਹੈ, ਚਾਹੇ ਕੋਈ ਕਿਸ ਤਰ੍ਹਾਂ ਦਾ ਬੰਦਾ ਲੁਕਿੰਗ ਹੈ ਉਹਨੂੰ ਆਉਣਾ ਚਾਹੀਦਾ, ਕਿਉਂਕਿ ਉਹਦੀ ਕਾਬਲੀਅਤ ਹੈ। ਐਕਚੁਅਲੀ ਮੈਨੂੰ ਲੱਗਦਾ ਮੈਂ ਉਹ ਲੇਖਕਾਂ ਦੇ ਮੋਡ 'ਚ ਹੀ ਰਹਿੰਦੀ ਹਾਂ ਕਿ ਮੈਂ ਲੇਖਾਂ ਹਾਂ, ਲੇਖਾਂ ਮੇਰਾ ਉੱਧਰ ਵੀਡੀਓ ਵੱਲ ਧਿਆਨ ਨਹੀਂ ਜਾਂਦਾ। ਅੱਛਾ ਅੱਛਾ, ਤੇ ਮੈਨੂੰ ਲੱਗਦਾ ਕਦੀ ਮੌਕਾ ਮਿਲਿਆ ਤੇ ਕੋਈ ਨਹੀਂ ਕਰਾਂਗੇ। ਫਿਰ ਤੁਸੀਂ ਕਦੇ ਪਰਫਾਰਮੈਂਸਿਸ ਵਗੈਰਾ ਵੀ ਕਰਦੇ ਹੋ ਕਿਤੇ? ਯਾ ਕਈ ਵਾਰੀ ਮੌਕਾ ਮਿਲਿਆ ਜਾਂ ਇੱਕ ਅੱਧਾ ਗੀਤ ਕਮਿਊਨਿਟੀ ਪ੍ਰੋਗਰਾਮ, ਹਾਂਜੀ ਅਚਾਨਕ ਮਿਲ ਜਾਂਦਾ ਜਦੋਂ ਦੂਜਿਆਂ ਦੇ ਨਾਲ, ਕਈ ਵਾਰੀ ਫਰਮਾਇਸ਼ ਆ ਜਾਂਦੀ ਜਦੋਂ ਸੁਣਾ ਦੋ ਤੇ ਲਾਈਵ ਸੁਣਾ ਦੇਈਦਾ। ਅੱਛਾ ਅੱਛਾ, ਕਦੇ ਡਿਊਟ ਵੀ ਗਾਇਆ? ਨਹੀਂ। ਅੱਛਾ, ਡਿਊਟ ਸੱਦੇ ਬਹੁਤ ਹੁੰਦੇ ਪਰ ਨਹੀਂ, ਸਿੰਗਲ ਹੀ ਗਾ ਕੇ ਖੁਸ਼ ਆ ਸੋਲੋ। ਅੱਛਾ, ਡਿਊਟ ਨਹੀਂ ਖਾਣ? ਨਹੀਂ। ਗਾਣਾ ਚਾਹੁੰਦੇ ਹੋ? ਨਹੀਂ। ਅੱਛਾ ਅੱਛਾ ਅੱਛਾ, ਕੀ ਗੱਲ, ਇਕੱਲਿਆਂ ਨਹੀਂ ਗਾਣਾ ਸੋਲੋ? ਚਲੋ, ਦਿਲ ਦੀ ਗੱਲ ਹੁੰਦੀ ਹੈ, ਜੇ ਤੁਹਾਡੇ ਦਿਲ 'ਚ ਹੈ ਕਿ ਵੀ ਮੈਂ ਸੋਲੋ ਹੀ ਗਾਣਾ ਹੈ, ਤਾਂ ਵਾਈ ਨੋਟ, ਯੂ ਨੋ? ਕਿਉਂਕਿ ਇਹ ਪਤਾ ਕਿ ਕੋਈ ਵੀ ਚੀਜ਼ ਹੈ ਨਾ ਜਿਹੜੀ, ਖਾਸ ਕਰਕੇ ਗੀਤ, ਇਹ ਕਿਸੇ ਕੋਲੋਂ ਜ਼ਬਰਦਸਤੀ ਨਹੀਂ ਕਰਾਇਆ ਜਾਂਦਾ। ਨਹੀਂ, ਹਾਂਜੀ,
ਇਹ ਥੋੜ੍ਹੇ ਦਿਲ ਦੀ ਤਮੰਨਾ ਹੁੰਦੀ ਹੈ ਕਿ ਮੈਂ ਸੋਲੋ ਗਾਣੇ ਹੈ ਜਾਂ ਮੈਂ ਡਿਊਟ ਗਾਣੇ ਹੈ ਗਾਣੇ, ਅਤੇ ਇਹ ਜੇ ਤੁਹਾਡੇ ਦਿਲ ਦੀ ਇਹੀ ਇੱਛਾ ਹੈ ਕਿ ਮੈਂ ਸੋਲੋ ਗਾਣੇ ਹੈ ਅਤੇ ਵਾਈ ਨੋਟ ਸੋਲੋ ਹੀ ਗਾਣੇ ਚਾਹੀਦੇ ਹੈ, ਅਤੇ ਉਂਝ ਬੋਲੀਆਂ ਵਗੈਰਾ ਕਦੇ ਕੀਤੀਆਂ ਕਿ ਸਿਰਫ ਕਿਸ ਤਰ੍ਹਾਂ ਦੇ ਗਾਣੇ ਤੁਸੀਂ ਗਾਉਂਦੇ ਹੋ? ਮੈਂ ਬੋਲੀਆਂ ਨਹੀਂ ਹਜੇ ਕੀਤੀਆਂ, ਬਸ ਇਹੋ ਜਿਹੇ ਗਾਣੇ ਕੀਤੇ ਆ ਸਿਰਫ ਗਾਣੇ। ਹਾਂਜੀ, ਹੁਣ ਮੈਂ ਫੋਕ ਸਿੰਗਿੰਗ ਵੱਲ ਕੋਸ਼ਿਸ਼ ਕੀਤਾ, ਜਿਵੇਂ ਸਾਡੇ ਪੁਰਾਣੇ ਲੋਕ ਗੀਤ ਆ, ਜਿਵੇਂ ਹੁਣ ਮਿਰਜ਼ਾ ਮੈਂ ਕੀਤਾ ਰਿਕਾਰਡ, ਕੀਮਾ ਮਲਕੀ ਕੀਤਾ ਆ, ਅੱਛਾ, ਅਤੇ ਹੀਰ ਕੀਤੀ, ਕੁਛ ਵਾਰਾਂ ਕੀਤੀਆਂ। ਅੱਛਾ, ਹੀਰ ਵੀ ਕੀਤੀ? ਹਾਂਜੀ। ਕਿਆ ਬਾਤ ਹੈ, ਕਿਆ ਬਾਤ ਹੈ, ਕਿਉਂ ਨਹੀਂ ਆਪਾਂ ਬ੍ਰੇਕ ਤੋਂ ਬਾਅਦ ਫਿਰ ਹੀਰ ਵੱਲ ਵੀ ਚੱਲਾਂਗੇ, ਆਪਾਂ ਤੁਹਾਡੇ ਮਿਰਜ਼ੇ ਵੱਲ ਵੀ ਚੱਲਾਂਗੇ, ਅਤੇ ਤੁਸੀਂ ਬੜੇ ਹੀ ਇਤਿਹਾਸ ਨੂੰ ਜੇ ਉਧਰ ਆ ਰਹੇ ਹੋ ਤਾਂ ਬਹੁਤ ਅੱਛਾ ਲੱਗਦਾ, ਕਿਉਂਕਿ ਇਤਿਹਾਸ ਦੇ ਗਾਣੇ ਨਾ ਕੋਈ ਕੋਈ ਗਾ ਸਕਦਾ। ਹਾਂਜੀ, ਉਹੀ ਮੈਂ ਸੋਚਿਆ ਜੇ ਮੈਂ ਗਾ ਸਕਦੀ ਹਾਂ ਤਾਂ ਕਿਉਂ ਨਾ ਮੈਂ ਆਪਣਾ ਵਿਰਸਾ ਜਿਹੜਾ ਉਹਨੂੰ ਜਿਉਂਦਾ ਰੱਖਾਂ, ਕਿਉਂਕਿ ਜਿਹੜੇ ਅੱਜ ਕੱਲ੍ਹ ਦੇ ਬੱਚੇ ਆ, ਨੌਜਵਾਨ ਆ, ਉਹ ਤਕਰੀਬਨ ਜਿਹੜੇ ਲਿਖੇ ਹੋਏ ਗੀਤ ਹੀ ਗਾਉਂਦੇ ਆ, ਅਤੇ ਉਹ ਉਹਨਾਂ ਦਾ ਇੱਧਰ ਧਿਆਨ ਨਹੀਂ ਜ਼ਿਆਦਾ। ਫਿਰ ਮੈਂ ਸੋਚਿਆ ਆਪਣੇ ਆਪ ਨੂੰ ਕਿ ਮੈਂ ਇੱਧਰ ਜਾਵਾਂ। ਤੁਹਾਡੇ ਮਾਂ ਬਾਪ ਨੇ ਕੀ ਸੋਚਿਆ ਜਦ ਤੁਸੀਂ ਲਿਖਣ ਲੱਗ ਗਏ, ਗਾਉਣ ਲੱਗ ਗਏ? ਐਕਚੁਲੀ ਉਹਨਾਂ ਨੂੰ ਜ਼ਿਆਦਾ ਮੌਕਾ ਨਹੀਂ ਮਿਲਿਆ ਦੇਖਣ, ਮੈਂ ਲਿਖਣਾ ਹੀ ਸ਼ੁਰੂ ਕੀਤਾ ਸੀ, ਬਹੁਤ ਖੁਸ਼ ਸੀ। ਮੇਰੇ ਡੈਡ, ਮੈਂ ਜਦੋਂ ਪੜ੍ਹਦੀ ਵੀ ਸੀਗੀ, ਉਹਨਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ, ਹਮੇਸ਼ਾ ਨਾਲ ਮੇਰੇ ਜਾਣਾ, ਜਿੱਥੇ ਕਿਤੇ ਮੈਨੂੰ ਸਨਮਾਨ ਮਿਲਣਾ ਜਾਂ ਕੋਈ ਕਵੀ ਦਰਬਾਰ ਵੱਡਾ ਹੋਣਾ, ਮੈਨੂੰ ਬੁਲਾਉਣਾ, ਸੱਦਾ ਆਉਣਾ ਸਪੈਸ਼ਲ ਲਿਖ ਕੇ, ਤਾਂ ਉਦੋਂ ਉਹਨਾਂ ਨੇ ਮੇਰੇ ਨਾਲ ਜਾਣਾ। ਪਹਿਲਾਂ ਮੈਂ ਡਰਦੀ ਨਹੀਂ, ਜਿੱਦਾਂ ਉੱਥੇ ਜਦੋਂ ਪੜ੍ਹਦੇ ਹੁੰਦੇ ਘਰ ਦੇ ਇਹੀ ਕਹਿੰਦੇ ਹੁੰਦੇ ਆਪਣੇ ਪੜ੍ਹਾਈ ਵੱਲ ਧਿਆਨ ਰੱਖਣਾ, ਇੱਧਰ ਉੱਧਰ ਨਹੀਂ ਧਿਆਨ, ਅਤੇ ਮੈਂ ਪਹਿਲਾਂ ਦੱਸਿਆ ਨਹੀਂ ਸੀ। ਅੱਛਾ। ਮੈਂ ਲਿਖਦੀ ਸੀ ਤਾਂ ਅਖਬਾਰਾਂ 'ਚ ਵੀ ਚੱਲ ਜਾਂਦਾ ਸੀ, ਪੇਪਰਾਂ 'ਚ ਵੀ ਛਪਦਾ ਸੀਗਾ, ਅਤੇ ਸਾਡੇ ਏਰੀਏ ਦੀ ਅਖਬਾਰ ਨਿਕਲੀ ਨਕੋਦਰ, ਜਿਵੇਂ ਇੱਧਰਲੀ ਅਕਾਲ ਸਿੰਘਿਆਂ ਵੱਲ ਦਾ ਖਾਸ ਪੰਨਾ ਜਿਹੜਾ ਉਹਦਾ ਹੁੰਦਾ ਇੱਕ ਕਦੀ ਕਦੀ ਦੀਵਾਲੀ 'ਤੇ ਜਾਂ ਇੱਦਾਂ, ਅਤੇ ਉਹ ਵਿਸਾਖੀ ਦੇ ਮੌਕੇ 'ਤੇ, ਅਤੇ ਉਹ ਕਹਿੰਦੇ ਉਹਨਾਂ ਨੇ ਜਿਹੜੇ ਉੱਤੇ ਲਿਖਿਆ ਸੀ ਸਾਡੇ ਏਰੀਏ ਦੇ ਪਤਵੰਤੇ ਸੱਜਣ, ਮੇਰੀ ਫੋਟੋ ਉਹਦੇ ਵਿੱਚ ਸੀਗੀ, ਅਤੇ ਮੇਰੇ ਡੈਡ ਕਿਤੇ ਅਖਬਾਰ ਦੇਖੀ, ਉਹ ਕਹਿੰਦੇ ਉਹ ਫੋਟੋ ਸਾਡੀ ਕੁੜੀ ਦੇ ਵਿੱਚ ਕਿਵੇਂ ਆ, ਉਹ ਫਿਰ ਘਰ ਲੈ। ਪਹਿਲਾਂ ਮੈਂ ਡਰ ਗਈ, ਮੈਂ ਕਹਿੰਦਾ ਝਟਕਾ ਪੈਣੀ, ਅਤੇ ਉਹ ਕਹਿੰਦੇ ਇਹ ਫੋਟੋ ਕਿਹਦੀ, ਤੁਹਾਡੇ ਤੇਰੀ ਆ ਪੁੱਤ? ਮੈਂ ਕਿਹਾ ਹਾਂਜੀ ਮੇਰੀ ਆ। ਕੀ ਕਰਦੀ ਕਿਤੇ ਇੱਦਾਂ ਦਾ ਖਾਸ? ਮੈਂ ਕਿਹਾ ਮੈਂ ਲਿਖਦੀ ਹਾਂ। ਮੈਨੂੰ ਕਿਉਂ ਨੀ ਦੱਸਿਆ? ਮੈਨੂੰ ਤਾਂ ਬਹੁਤ ਸ਼ੌਂਕ ਆ, ਜਿੱਥੇ ਜਾਣਾ ਹੋਵੇ ਮੈਨੂੰ ਦੱਸੀ, ਮੈਂ ਨਾਲ ਲੈ ਕੇ ਜਾਊ। ਮੈਨੂੰ ਕੁਝ ਮੰਮ ਵੀ ਹੈਪੀ ਸੀ, ਮੈਨੂੰ ਕਿਸੇ ਨੇ ਨੀ, ਪੇਰੈਂਟਸ ਨੇ ਨੀ ਮੈਨੂੰ ਕਿਸੇ ਗੱਲ। ਤੁਸੀਂ ਲੁਕੋਇਆ ਕਿਉਂ ਨਾ ਕੋਲੋਂ ਬਈ? ਮੈਂ ਨਹੀਂ, ਫਿਰ ਨਹੀਂ ਲੁਕੋਇਆ, ਫਿਰ ਪਹਿਲਾਂ ਲੁਕੋਇਆ। ਹਾਂ, ਪਹਿਲਾਂ ਸੀ, ਫਿਰ ਕਿ ਬੱਚਿਆਂ ਚ ਨਾ ਕਈ ਵਾਰੀ ਸਪੋਰਟ ਕਰਦੇ ਰਹੇ, ਮੈਨੂੰ ਬਹੁਤ ਸਪੋਰਟ ਕੀਤੀ। ਬੱਚਿਆਂ ਚ ਨਾ ਹੁੰਦਾ ਕਿ ਵੀ ਜੇ ਅਸੀਂ ਦੱਸਾਂਗੇ ਪਤਾ ਨਹੀਂ ਸਾਨੂੰ ਝਟਕਾ ਪੈਣਗੀਆਂ, ਬੁਰਾ ਮੰਨਣਗੇ, ਤੇ ਜਦੋਂ ਫਿਰ ਮਾਂ ਬਾਪ ਇੱਕ ਵਾਰੀ ਕਹਿ ਦੇਣ ਕਿ ਯੂ ਕੈਨ ਡੂ ਇਟ, ਫਿਰ ਬੰਦਾ ਹੌਸਲੇ ਨਾਲ ਹੋਰ ਕੰਮ ਕਰਦਾ। ਹਾਂਜੀ, ਉਹਨਾਂ ਨੇ ਥਾਪੀ ਦਿੱਤੀ, ਕੋਈ ਨਹੀਂ, ਜੋ ਕਰਨਾ ਸੀ ਮੈਂ ਨਾਲ ਡੈਡ ਨਾਲ ਜਾਣਾ, ਮੇਰੇ ਕੋਈ ਪ੍ਰੋਗਰਾਮ ਹੋਣਾ, ਕਿਤੇ ਕੋਈ ਸੱਦਾ ਹੋਣਾ, ਅਤੇ ਉਹਨਾਂ ਨੇ ਜਾਣਾ। ਹੱਸਦੇ ਹੁੰਦੇ ਸੀ, ਕਹਿਣਾ ਕਿੰਨੀ ਪ੍ਰਧਾਨ ਮੰਤਰੀ ਵਾਂਗੂ ਫੀਲਿੰਗ ਆਉਂਦੀ ਹੈ ਜਦੋਂ ਆ ਕੇ ਲੈ ਕੇ ਜਾਂਦੇ ਗੇਟ ਤੋਂ, ਅਤੇ ਉਹਨਾਂ ਨੇ ਕਹਿਣਾ ਇੰਨੀ ਯੰਗ ਏਜ 'ਚ ਲਿਖਣ ਲੱਗ ਗਏ। ਹਾਂਜੀ, ਹੈਗੇ ਤਿੰਨ ਬ੍ਰਦਰ, ਇੱਕ ਸਿਸਟਰ, ਕੋਈ ਨਹੀਂ ਲਿਖਦਾ, ਕੋਈ ਨਹੀਂ ਲਿਖਦਾ। ਨਹੀਂ, ਅੱਛਾ, ਤੁਹਾਨੂੰ ਫਿਰ ਕਿੱਥੋਂ ਸ਼ੌਕ ਪਿਆ? ਬਸ ਕੁਦਰਤ। ਅੱਛਾ, ਕੁਦਰਤੀ। ਹਾਂਜੀ, ਇੰਝ ਘਰ 'ਚ ਕੋਈ ਨਹੀਂ ਸੀਗਾ? ਨਹੀਂ, ਕੋਈ ਨਹੀਂ, ਨਾ ਗਾਉਂਦਾ ਨਾ ਲਿਖਦਾ।
ਚਲੋ ਕਹਿੰਦੇ ਆ ਨਾ ਜੇ ਘਰ 'ਚ ਨਹੀਂ ਕੋਈ ਕਰਦਾ ਕਿਤੋਂ ਤਾਂ ਸ਼ੁਰੂ ਹੋਣਾ ਹੀ ਹੈ, ਬਿਲਕੁਲ ਜ਼ਰੂਰੀ ਨਹੀਂ ਹੈਗਾ ਕਿ ਵੈਸੇ ਤਾਂ ਜਦੋਂ ਕਈਆਂ ਦੇ ਪੇਰੈਂਟਸ ਗਾਉਂਦੇ ਹੋਣ ਸ਼ੌਕ ਹੋਵੇ ਉੱਥੋਂ ਸਿੰਗਰ ਸ਼ੁਰੂ ਹੁੰਦੇ ਅਤੇ ਜਾਂ ਲਿਖਣ ਵਾਲੇ ਦੇ ਫਾਦਰ ਜਾਂ ਮਦਰ ਲਿਖਦੇ ਹੋਣ ਤਾਂ ਸ਼ੁਰੂ ਹੁੰਦਾ, ਪਰ ਜੇ ਕੋਈ ਵੀ ਨਹੀਂ ਹੈਗਾ ਤਾਂ ਜਿੱਥੋਂ ਵੀ ਸ਼ੁਰੂ ਹੁੰਦਾ ਕੋਈ ਬੱਚਾ ਵੀ ਸ਼ੁਰੂ ਕਰ ਸਕਦਾ। ਛੋਟੇ ਛੋਟੇ ਹੁੰਦੇ ਕਦੀ ਪਾਈਪ ਚੁਗਾਉਣਾ, ਕਦੀ ਬੜੀਆਂ ਖੇਡਾਂ ਕਰਦੇ ਹੁੰਦੇ ਸੀ। ਅੱਛਾ, ਅਤੇ ਸ਼ੌਕ ਨਹੀਂ, ਬਹੁਤ ਛੋਟੀ ਸੀ ਮੈਂ ਜਦੋਂ ਤੋਂ ਸ਼ੌਕ ਆ, ਕਦੀ ਟਿਊਬਵੈਲ ਦਾ ਪਾਈਪ ਹੋਣਾ ਉਹਦੇ 'ਚ ਗਾਉਣਾ, ਮੇਰੇ ਬ੍ਰਦਰ ਸਿਸਟਰ ਸਾਰਿਆਂ ਨੇ ਸੁਣਨਾ, ਬੜਾ ਸ਼ੌਕ ਹੁੰਦਾ ਸੀ। ਉਹਨੂੰ ਮਾਈਕ ਬਣਾ ਲੈਂਦੇ ਸੀ। ਹਾਂ, ਮਾਈਕ ਬਣਾ ਕੇ, ਪਰ ਪਤਾ ਨਹੀਂ ਸੀ ਹੁੰਦਾ, ਕਦੀ ਮੈਨੂੰ ਆਹ ਨਹੀਂ ਸੀ ਪਤਾ। ਮੇਰਾ ਇੱਕ ਡ੍ਰੀਮ ਸੀ ਰੱਬ ਨੇ ਸੱਚੀ, ਇਹ ਵੀ ਮੈਨੂੰ ਹੁਣ ਐਟਲੀਸਟ ਮੈਂ ਗਾ ਲਿਆ, ਅਜੇ ਬਹੁਤ ਕੁਛ ਕਰਨ ਵਾਲਾ, ਹਲੇ ਬਹੁਤ ਕੁਛ ਕਰਨ ਵਾਲਾ। ਹਾਂਜੀ, ਐਂ ਕਰੋ ਇੱਕ ਅੱਧੀ ਲਾਈਨ ਕੋਈ ਸੁਣਾਓ, ਫਿਰ ਆਪਾਂ ਬ੍ਰੇਕ ਵੱਲ ਜਾਵਾਂਗੇ, ਬ੍ਰੇਕ ਤੋਂ ਬਾਅਦ ਬਾਕੀ ਦਾ। ਹਾਂਜੀ, ਇੱਕ ਗੀਤ ਹੋਰ ਮੇਰਾ, ਇਹ ਵੀ ਕੁਮਾਰ ਹੀਰਾ ਉਹਨਾਂ ਦੇ ਕੋਲੋਂ ਹੀ ਮੈਂ ਕਰਵਾਇਆ ਸੀ ਰਿਕਾਰਡ। ਹਾਂਜੀ, ਆਪਣੀ ਦਾ ਗਮ ਰੱਖੇ ਦਿੰਦਾ ਏ ਝੰਜੋੜ ਕੇ, ਟੁੱਟਿਆ ਹੋਇਆਂ ਨੂੰ ਲੋਕੀ ਟੋਂਦੇ ਤੋੜ ਤੋੜ ਕੇ, ਉੱਡੀਦੇ ਨੂੰ ਜਾਰੀ ਦੇਣਾ ਡਿੱਗਿਆਂ ਤੇ ਹੱਸਦੇ, ਉੱਡੀਦੇ ਨੂੰ ਜਾਰੀ ਦੇਣਾ ਡਿੱਗਿਆਂ ਤੇ ਹੱਸਦੇ, ਹੁੰਦੇ ਕਈ ਦੁਖੀ ਵੇਖ ਦੂਜੇ ਸੁਖੀ ਵਸਦੇ, ਕਰ ਅਹਿਸਾਨ ਲਹੂ ਦਿਲ ਦਾ ਨਿਚੋੜ ਦੇ, ਟੁੱਟਿਆਂ ਹੋਇਆਂ ਨੂੰ ਲੋਕੀ ਟੋਂਦੇ ਤੋੜ ਤੋੜ ਕੇ, ਟੁੱਟਿਆਂ ਹੋਇਆਂ ਨੂੰ ਲੋਕੀ ਟੋਂਦੇ ਤੋੜ ਤੋੜ ਕੇ। ਕਿਆ ਬਾਤ ਹੈ, ਟੁੱਟਿਆਂ ਨੂੰ ਲੋਕੀ ਟਾਂਦੇ ਤੋੜ ਤੋੜ ਕੇ, ਟੋਂਦੇ ਤੋੜ ਤੋੜ ਕੇ, ਇਹ ਸੱਚਾਈ ਹੈ ਜ਼ਿੰਦਗੀ ਦੀ। ਜੀ ਬਿਲਕੁਲ, ਜ਼ਿੰਦਗੀ ਦੀ ਸੱਚਾਈ ਹੈ ਕਿ ਦੁਨੀਆ 'ਚ ਕੋਈ ਕਿਸੇ ਨੂੰ ਖੁਸ਼ ਨਹੀਂ ਦੇਖਦਾ। ਨਹੀਂ, ਕੱਲ੍ਹ ਕਿਸੇ ਨੇ ਨਾ ਮੇਰੇ ਨਾਲ ਗੱਲਾਂ ਕੋਈ ਕਰ ਰਿਹਾ ਸੀ, ਉਹ ਕਹਿੰਦੇ ਜਦੀ ਜੋ ਮਾਂ ਬਾਪ ਤੁਹਾਡਾ ਭਲਾ ਚਾਹੁੰਦੇ ਨਾ, ਮਾਂ ਬਾਪ ਦੀ ਤੁਹਾਡੇ ਨਾਲ ਖੁਸ਼ੀ ਹੁੰਦੀ ਹੈ ਨਾ, ਕਿਸੇ ਤੀਸਰੇ ਬੰਦੇ ਨੂੰ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਨਹੀਂ ਖੁਸ਼ੀ ਦਿਲੋਂ ਹੁੰਦੀ, ਉਹਨੂੰ ਕੋਈ ਆਪਣਾ ਮਤਲਬ ਹੁੰਦਾ ਵਿੱਚ। ਮਾਂ ਪਿਓ ਦਾ ਪਿਆਰ ਜਿਹੜਾ ਆ ਉਹ ਬਿਲਕੁਲ ਅਨਕੰਡੀਸ਼ਨਲ ਹੁੰਦਾ, ਅਨਕੰਡੀਸ਼ਨਲ ਹੁੰਦਾ। ਤੇ ਜਿਹੜਾ ਤੀਸਰਾ ਬੰਦਾ ਹੈ ਨਾ, ਉਹਨੂੰ ਕਿਸੇ ਨਾ ਕਿਸੇ ਚੀਜ਼ ਦਾ ਮਤਲਬ ਹੋਏਗਾ। ਹਾਂਜੀ, ਤੇ ਜਿਹੜਾ ਲਿਖਣ ਵਾਲਾ ਹੈ ਜਾਂ ਜਿਹੜਾ ਕਲਾਕਾਰ ਹੈ ਨਾ, ਉਹਨੇ ਆਪਣਾ ਕੰਮ ਕਰੀ ਜਾਣਾ ਹੈ ਕਿਸੇ ਵੀ ਫੀਲਡ 'ਚ, ਉਹਨੇ ਆਪਣਾ ਕੰਮ ਕਰੀ ਜਾਣਾ, ਕਿਸੇ ਨੂੰ ਪਸੰਦ ਆਵੇ ਨਾ ਆਵੇ, ਆਪਣੇ ਆਪ ਨੂੰ ਕਦੇ ਕੰਪੀਟੀਸ਼ਨ 'ਚ ਨਹੀਂ ਰੱਖਣਾ ਚਾਹੀਦਾ। ਯੂ ਨੋ, ਮੈਂ ਜਦੋਂ ਦੀ ਮੀਡੀਆ 'ਚ ਆਈ ਹਾਂ ਨਾ, ਮੈਂ ਕਦੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਕਰਦੀ, ਆਈ ਕਰ ਨਹੀਂ ਸਕਦੇ, ਆਈ ਜਸਟ ਕੈਰੀ ਔਨ ਡੂਇੰਗ ਇਟ। ਜੋ ਸਾਡੀ ਡਿਊਟੀ ਹੈ ਨਾ, ਆਪਾਂ ਉਹ ਕਰੀਦੀ ਹੈ, ਜਿਹਨੂੰ ਪਸੰਦ ਆਉਂਦੀ ਹੈ ਠੀਕ ਹੈ, ਜੇ ਜਿਹੜੀ ਕੋਈ ਬਿਲਕੁਲ ਲੌਜਿਕ ਵਾਲੀ ਕੋਈ ਗੱਲ ਹੋਵੇ ਨਾ, ਆਈ ਡੂ ਕੰਸੀਡਰ, ਜੇ ਕੋਈ ਲੌਜਿਕ ਵਾਲੀ ਗੱਲ ਦੱਸੇ ਕਿ ਆਹ ਜਿਹਦੀ ਹੋਣਾ ਚਾਹੀਦਾ, ਆਈ ਡੂ ਕੰਸੀਡਰ। ਪਰ ਜੇ ਕੋਈ ਮੈਨੂੰ ਪਤਾ ਲੱਗ ਜਾਂਦਾ ਕਿ ਕੌਣ ਜੈਲਸੀ ਨਾਲ ਬੋਲ ਰਿਹਾ, ਕੌਣ ਲੌਜਿਕ ਗੱਲ ਨਾਲ ਬੋਲ ਰਿਹਾ, ਯੂ ਨੋ, ਸੋ ਇਹ ਚੀਜ਼ਾਂ ਦਾ ਧਿਆਨ ਰੱਖੋ। ਬ੍ਰੇਕ ਵੱਲ ਚੱਲੀਏ, ਬ੍ਰੇਕ ਹੋ ਗਈ, ਪਤਾ ਹੀ ਲੱਗਿਆ। ਲਓ ਦੋਸਤੋ, ਛੋਟੀ ਜੀ ਬ੍ਰੇਕ ਵੱਲ ਜਾ ਰਹੇ ਹਾਂ, ਬ੍ਰੇਕ ਤੋਂ ਬਾਅਦ ਸਭ ਦਾ ਸਵਾਗਤ ਕਰਾਂਗੇ, ਜੀ ਆਇਆਂ ਨੂੰ ਕਹਾਂਗੇ, ਜੀ ਸੱਦ ਕੇ ਕਹਾਂਗੇ, ਜੀ ਵਾਰੀ ਕਰਾਂਗੇ, ਦੂਰ ਨਾ ਜਾਣਾ, ਨੇੜੇ ਨੇੜੇ ਰਹਿਣਾ, ਕਿਉਂਕਿ ਸਾਡੇ ਗੁਰਮੇਲ ਕੌਰ ਸੰਘਾ ਜੀ ਬਹੁਤ ਹੀ ਖੂਬਸੂਰਤ ਗਾਉਂਦੇ ਨੇ, ਔਰ ਇਹਨਾਂ ਦੇ ਕੋਲੋਂ ਆਪਾਂ ਮਿਰਜ਼ਾ ਸੁਣਾਂਗੇ, ਹੀਰ ਸੁਣਾਂਗੇ, ਹੋਰ ਗੀਤ ਸੁਣਾਂਗੇ, ਇਹਨਾਂ ਦੀ ਹੋਰ ਲਿਖਤ ਬਾਰੇ ਗੱਲਾਂ ਕਰਾਂਗੇ। ਸੋ ਹਮੇਸ਼ਾ ਹੀ ਕਿਸੇ ਦਾ ਮਾਣ ਵਧਾਉਣਾ ਚਾਹੀਦਾ ਹੈ, ਕਿਸੇ ਦੀ ਹਿੰਮਤ ਵਧਾਉਣੀ ਚਾਹੀਦੀ ਹੈ, ਕਿਸੇ ਦੇ ਨਾਲ ਕਿਸੇ ਦੇ ਹੌਸਲੇ ਨੂੰ ਨਾ ਢਾਣਾ ਨਹੀਂ ਚਾਹੀਦਾ, ਨਹੀਂ ਤਾਂ ਲਿਖਣ ਵਾਲੇ ਦਾ ਗਾਉਣ ਵਾਲੇ ਦਾ ਹੌਸਲਾ ਬੜਾ ਹੀ ਖਰਾਬ ਹੋ ਜਾਂਦਾ। ਜੋ ਮੈਂ ਕਹਿੰਦੀ ਹੁੰਦੀ ਹਾਂ ਹਮੇਸ਼ਾ ਹੀ ਕਿ ਕਾਂਸ਼ੀ ਟੀਵੀ ਨੂੰ ਸਪੋਰਟ ਕਰੋ, ਤਾਂ ਕਿ ਕਾਂਸ਼ੀ ਟੀਵੀ ਤੁਹਾਡਾ ਪੂਰਾ ਪੂਰਾ ਸਾਥ ਦੇਵੇ, ਹੋਰ ਬੁਲੰਦੀਆਂ 'ਤੇ ਜਾਵੇ। ਕਾਂਸ਼ੀ ਟੀਵੀ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਲੈ ਕੇ ਆ ਰਿਹਾ, ਸੋ ਮਾਲੀ ਤੌਰ 'ਤੇ ਵੀ, ਵੋਲੰਟਰੀ ਤੌਰ 'ਤੇ ਵੀ ਇਹਨਾਂ ਦਾ ਸਾਥ ਦਿਓ। ਸੋ ਸਟੇ ਟਿਊਨ, ਵਿਲ ਬੀ ਬੈਕ
ਰੀਅਲੀ ਰੀਅਲੀ ਸੋ ਸਵੇਰੇ ਉੱਠ ਨਦੀਆਂ ਮੈਂ ਜਾਨੀਆਂ ਮਲ ਮਲ ਦਈ ਦੀਆਂ ਫੁੱਟੀਆਂ ਨਹਾਨੀਆਂ ਉਹਦੇ ਸੋਹਾਂ ਦੀ ਸੁਗੰਧ ਮੈਨੂੰ ਜਾਪੇ ਆਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਮੈਨੂੰ ਵਾਂਗ ਸ਼ੁਦਾਇਆ ਜਾਪੇ ਆਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਮੈਨੂੰ ਹੀਰੇ ਹੀਰੇ ਆਖੇ ਆਏ ਨੀ ਮੁੰਡਾ ਲੰਬੜਾ ਦਾ ਨੀ ਮੁੰਡਾ ਲੰਬੜਾ ਦਾ ਜੀ ਹਾਂ ਸੁਣਿਓ ਨਦੀਏ ਨਹਾਉਂਦੇ ਵੀ ਕਈ ਵਾਰੀ ਗਰਮੀ ਆ ਰਹੀ ਹੈ ਕਈ ਵਾਰੀ ਗਰਮੀ ਜਾ ਰਹੀ ਹੈ ਇਹ ਮੌਸਮ ਦੇ ਤਕਾਜ਼ਾ ਹੁੰਦਾ ਹੈ ਮੌਸਮ ਦਾ ਤਕਾਜ਼ਾ ਹੈ ਕਿ ਨਹਾਉਣਾ ਔਰ ਇੰਡੀਆ ਦੀ ਯਾਦ ਆ ਜਾਂਦੀ ਹੈ ਕਹਿੰਦੇ ਕਈ ਦਹੀਂ ਨਾਲ ਨਹਾਉਂਦੇ ਹੁੰਦੇ ਸੀ ਮੈਨੂੰ ਕਿਸੇ ਨੇ ਦੱਸਿਆ ਕਿ ਇੰਡੀਆ ਕਈ ਵਾਰੀ ਦਹੀਂ ਨਾਲ ਨਹਾਉਂਦੇ ਸੀ ਲੇਕਿਨ ਤੁਹਾਡਾ ਇੱਕ ਵਾਰੀ ਫਿਰ ਬ੍ਰੇਕ ਤੋਂ ਬਾਅਦ ਸਵਾਗਤ ਕਰਾਂਗੇ ਜੀ ਆਇਆਂ ਨੂੰ ਕਹਾਂਗੇ ਜੀ ਸੱਦ ਕੇ ਕਹਾਂਗੇ ਜੀ ਵਾਰੀ ਕਹਾਂਗੇ ਕਬੂਲ ਕਰੋ ਸਵੀਕਾਰ ਕਰੋ ਜਗਦੀਪ ਵੱਲੋਂ ਗੁੱਡ ਈਵਨਿੰਗ ਨਮਸਤੇ ਸਲਾਮ ਅਲੈਕਮ ਅਤੇ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਗੁਰਦੇਵ ਹੋਰ ਸੁਣਿਓ ਕੀ ਹਾਲ ਚਾਲ ਕਾਸ਼ੀ ਟੀ ਵੀ 'ਤੇ ਚੈਨਲ 765 'ਤੇ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਮੈਂ ਸਭ ਨੂੰ ਦੱਸਦੀ ਹੁੰਦੀ ਹਾਂ ਕਿ ਚੈਨਲ ਸਾਡਾ ਚੇਂਜ ਹੋਇਆ ਰੀਸੈਂਟਲੀ ਚੇਂਜ ਹੋਇਆ 772 'ਤੇ ਨਹੀਂ ਕਈਆਂ ਨੂੰ ਹਾਲੇ ਲੱਗਦਾ 772 'ਤੇ 765 'ਤੇ ਤੁਸੀਂ ਆਪਣੇ ਸਿਤਾਰੇ ਪ੍ਰੋਗਰਾਮ ਦੇਖਦੇ ਹੋ ਵੀ ਜਗਦੀਪ ਅਤੇ ਸਾਡੇ ਕੋਲ ਹਮੇਸ਼ਾ ਹੀ ਕਲਾਕਾਰ ਕਲਾਕਾਰਾਂ ਕੋਈ ਵੀ ਨਾ ਕੋਈ ਮਿਊਜ਼ੀਸ਼ੀਅਨ ਕੋਈ ਵੀ ਪੋਇਟ ਕੋਈ ਵੀ ਗਿੱਧੇ ਵਾਲੇ ਭੰਗੜੇ ਵਾਲੇ ਸਾਰੇ ਆਉਂਦੇ ਆ ਇੱਥੇ ਚਾਹੇ ਪਾਕਿਸਤਾਨ ਹੋਵੇ ਚਾਹੇ ਇੰਡੀਆ ਤੋਂ ਹੋਵੇ ਬੰਗਲਾਦੇਸ਼ ਤੋਂ ਹੋਵੇ ਕਿਤੋਂ ਵੀ ਹੋਣ ਸਾਰੇ ਸਾਡੇ ਕਮਿਊਨਿਟੀ ਦੇ ਕਲਾਕਾਰ ਇੱਥੇ ਆਉਂਦੇ ਆ ਕਾਂਸ਼ੀ ਟੀ ਵੀ 'ਤੇ ਸੋ ਜੋ ਅੱਜ ਮੇਰੇ ਕੋਲ ਕਲਾਕਾਰ ਆਈ ਹੈ ਸ਼ੀ ਇਜ਼ ਅ ਪੋਇਟ ਲਿਖਦੇ ਨੇ ਗਾਣੇ ਗਾਉਂਦੇ ਨੇ ਸ਼ੀ ਇਜ਼ ਗ੍ਰੇਟ ਸਿੰਗਰ ਵਨ ਐਂਡ ਦਾ ਓਨਲੀ ਸਾਡੇ ਗੁਰਮੇਲ ਕੌਰ ਸੰਘਾ ਜੀ ਦਾ ਸਵਾਗਤ ਕਰਾਂਗੇ ਜਿਹੜੇ ਆਲ ਦਾ ਵੇ ਫਰੋਮ ਲੰਡਨ ਤੋਂ ਆਏ ਨੇ ਸਾਡੇ ਕੋਲ ਵੈਲਕਮ ਬੈਕ ਜੀ ਹਾਂਜੀ ਬਹੁਤ ਧੰਨਵਾਦ ਜੀ ਕੀ ਹਾਲ ਚਾਲ ਕਿੱਦਾਂ ਦਾ ਫੀਲ ਕਰ ਰਹੇ ਹੋ ਬਹੁਤ ਵਧੀਆ ਅੱਛਾ ਫੀਲ ਹੋ ਰਿਹਾ ਕਾਂਸ਼ੀ ਟੀ ਵੀ 'ਤੇ ਆ ਕੇ ਬਹੁਤ ਸੋਹਣਾ ਲੱਗ ਰਿਹਾ ਬਸ ਸੋਹਣੇ ਤੁਸੀਂ ਬੰਦੇ ਹੋ ਤਾਂ ਸੋਹਣਾ ਹੀ ਲੱਗਣਾ ਤੁਹਾਨੂੰ ਪ੍ਰੋਗਰਾਮ ਅੱਗੇ ਵੀ ਮੈਂ ਤੁਹਾਨੂੰ ਇਹੀ ਕਿਹਾ ਸੀ ਸੋਹਣੀਆਂ ਨਜ਼ਰਾਂ ਨੂੰ ਹਾਂ ਨਹੀਂ ਯੂ ਆਰ ਸੋ ਸਵੀਟ ਯੂ ਨੋ ਯੂ ਆਰ ਵੈਰੀ ਸਵੀਟ ਲੁਕਿੰਗ ਥੈਂਕ ਯੂ ਹਾਂ ਪਤਾ ਕਿ ਜਿਹੜੇ ਇਨਸਾਨ ਦਾ ਨਾ ਦਿਲ ਅੱਛਾ ਹੁੰਦਾ ਨਾ ਉਹਦੀ ਖੂਬਸੂਰਤੀ ਨਾ ਦਿਖਣ ਲੱਗ ਜਾਂਦੀ ਹੈ ਜਿਹਦਾ ਦਿਲ ਅੱਛਾ ਹੋਵੇ ਮੈਂ ਇਹ ਨਹੀਂ ਕਹਿੰਦੀ ਕਿਸੇ ਦਾ ਦਿਲ ਮਾੜਾ ਹੈ ਅਸੀਂ ਕੌਣ ਹੁੰਦੇ ਹਾਂ ਕਿਸੇ ਨੂੰ ਕਹਿਣ ਵਾਲੇ ਪਰ ਕਹਿੰਦੇ ਜੇ ਦਿਲ ਮਾੜਾ ਰੱਖੋਗੇ ਨਾ ਉਹਦਾ ਵੀ ਨਿਸ਼ਾਨ ਪਤਾ ਲੱਗਦਾ ਚਿਹਰੇ 'ਤੇ ਜੇ ਆਪਾਂ ਦਿਲ ਖੁਸ਼ ਰੱਖਾਂਗੇ ਕਿਸੇ ਦੇ ਮੁਤਲਿਕ ਦਿਲ ਨੂੰ ਸਾਫ਼ ਰੱਖਾਂਗੇ ਨਾ ਉਹ ਵੀ ਚਿਹਰੇ ਤੋਂ ਪਤਾ ਲੱਗ ਜਾਂਦਾ ਮੈਂ ਤਾਂ ਕਹਿੰਦੀ ਹਾਂ ਆਪ ਚੰਗੇ ਜਗ ਚੰਗਾ ਕਿਸੇ ਨੂੰ ਅਸੀਂ ਮਾੜਾ ਕੌਣ ਕਹਿਣਾ ਮਸਤ ਮਲੰਘ ਰਹੀਦਾ ਜਿਹੜਾ ਕੰਮ ਦਿੱਤਾ ਗਿਆ ਉਹ ਕਰਕੇ ਬਿਲਕੁਲ ਉਹ ਕਰੋ ਜੇ ਕਿਸੇ ਦਾ ਚੰਗਾ ਹੁੰਦਾ ਤੇ ਕਰ ਦਿਓ ਜੇ ਨਹੀਂ ਕਰ ਸਕਦੇ ਤੇ ਮਾੜਾ ਵੀ ਨਾ ਕਰੋ ਰਾਤ ਨੂੰ ਰਾਤ ਤੁਰਦੇ ਜਾਓ ਸੌਣ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ ਅੱਜ ਮੈਂ ਦਿਨ ਦੇ ਵਿੱਚ ਕਿਹਨੂੰ ਖੁਸ਼ ਕੀਤਾ ਕਿਹੜਾ ਚੰਗਾ ਕੰਮ ਕੀਤਾ ਹਾਂਜੀ ਕਿਹੜਾ ਮਾੜਾ ਕੀਤਾ ਜੇ ਤੁਹਾਡੀ ਮਾੜਿਆਂ ਦੀ ਲਿਸਟ ਜ਼ਿਆਦਾ ਹੈ ਨਾ ਫਿਰ ਤੁਹਾਨੂੰ ਪਤਾ ਲੱਗ ਜੂ ਤੁਸੀਂ ਕੈਸੇ ਇਨਸਾਨ ਹੋ ਜੀ ਜੇ ਤੁਸੀਂ ਚੰਗੇ ਕੀਤੇ ਫਿਰ ਵੀ ਤੁਹਾਨੂੰ ਪਤਾ ਲੱਗ ਜੂ ਤੁਹਾਡੇ ਚਿਹਰੇ ਦੀ ਰੌਣਕ ਤੋਂ ਪਤਾ ਲੱਗ ਜਾਂਦਾ ਜੇ ਤੁਸੀਂ ਚੰਗੇ ਕੀਤੇ ਹੋਏ ਨਾ ਤੁਹਾਨੂੰ ਇੰਨੀ ਸੋਹਣੀ ਨੀਂਦ ਆਏਗੀ ਕਿ ਅੱਜ ਮੈਂ ਕੁਛ ਕੀਤਾ ਹਾਂਜੀ ਕਿਸੇ ਨੂੰ ਖੁਸ਼ ਕੀਤਾ ਹਾਂਜੀ ਜਗਦੀਪ ਜੀ ਮੇਰਾ ਤਜਰਬਾ ਆ ਮੈਂ ਦੇਖਿਆ ਜਦੋਂ ਤੁਸੀਂ ਸੋਚ ਲੈਂਦੇ ਹੈ ਨਾ ਤੁਸੀਂ ਚੰਗਾ ਹੀ ਚੰਗਾ ਕਰਨਾ
ਇਹ ਹਰ ਇਨਸਾਨ ਸਿੱਖ ਸਕਦਾ ਪ੍ਰੈਕਟਿਸ ਦੇ ਨਾਲ। ਸੱਚੀ ਗੱਲ ਹੈ, ਦੂਜਿਆਂ ਨੂੰ ਬੁਰਾ ਕਰਨਾ, ਦੂਜਿਆਂ ਦਾ ਕੋਈ ਨੁਕਸਾਨ ਕਰਨਾ ਜਾਂ ਕੋਈ ਇਹ ਚੀਜ਼ਾਂ ਜਿਹੜੀਆਂ ਜਦੋਂ ਅਸੀਂ ਉਹ ਬੰਦ ਕਰ ਦਿੰਦੇ ਹਾਂ, ਅਸੀਂ ਚੰਗਾ ਕਰਨ ਲੱਗ ਜਾਂਦੇ, ਸਾਡੀ ਉਹ ਆਦਤ ਬਣ ਜਾਂਦੀ, ਸਾਡੀ ਫਿਤਰਤ ਬਣ ਜਾਂਦੀ ਕਿ ਅਸੀਂ ਚੰਗਾ ਹੀ ਕਰਨਾ, ਚਾਹੇ ਸਾਡੇ ਨਾਲ ਕੋਈ ਕੁਛ ਕਰੀ ਜਾਵੇ, ਅਤੇ ਮਾੜੇ ਕਰਨ ਵਾਲੇ ਕੁਛ ਵਿਗਾੜ ਹੀ ਨਹੀਂ ਸਕਦੇ, ਵਿਗਾੜ ਨਹੀਂ ਸਕਦੇ। ਨਾਲੇ ਮੈਂ ਜੋ ਕਿਹਾ ਕਿ ਜੇ ਚੰਗਾ ਕੀਤਾ ਨਾ, ਰਾਤ ਨੂੰ ਬੜੀ ਨਸ਼ੀਲੀ ਨੀਂਦ ਆਉਂਦੀ ਹੈ, ਬਹੁਤ ਫਿਕਰ ਹੀ ਨਹੀਂ ਕੋਈ, ਉਹੀ ਤਾਂ ਹੀ ਕਹਿੰਦੇ ਤੇ ਐਡੀ ਛੇਤੀ ਸੌਂ ਕਿੱਦਾਂ ਜਾਂਦੇ, ਆਪਾਂ ਚੁੱਪ ਕਰਕੇ ਰੱਬ ਦਾ ਨਾਂ ਲਈਦਾ ਪੈ ਨਹੀਂ ਸਕਦਾ ਐਡੀ ਜਲਦੀ, ਮੈਨੂੰ ਜਿੱਥੇ ਮਰਜ਼ੀ ਕੋਈ ਕਹਿੰਦੇ ਸੌਂ ਜਾ ਮੈਂ ਸੌਂ ਜਾਂਦੀ ਹਾਂ, ਸੇਮ ਇੱਦਾਂ ਹੀ, ਕਿਉਂਕਿ ਜਦੋਂ ਤੁਸੀਂ ਮਾੜਾ ਨਾ ਸੋਚਦੇ ਨਾ ਤੁਸੀਂ ਕਰਦੇ ਆ, ਜਿਹਦਾ ਜੋ ਤਾਂ ਤੂੰ ਚੰਗਾ ਹੁੰਦਾ, ਕੋਸ਼ਿਸ਼ ਕਰੋ ਭਲੇ ਦਾ ਕੰਮ ਹੋ ਜਾਏ ਕਿਤੇ, ਉਹ ਤੁਹਾਨੂੰ ਸ਼ਾਂਤੀ ਦਿੰਦਾ, ਅਤੇ ਮਾੜੇ ਕੰਮਾਂ 'ਚ ਰੱਖਿਆ ਕੁਛ ਨਹੀਂ, ਆਪਾਂ ਕਹਿੰਦੇ ਹੀ ਹਾਂ ਜਦੋਂ ਤੁਸੀਂ ਸੜਦੇ ਵੀ ਹਾਂ ਕਿਸੇ ਨੂੰ ਦੇਖ ਕੇ, ਪਹਿਲਾਂ ਤੁਸੀਂ ਆਪਣੇ ਆਪ ਨੂੰ ਸਾੜਦੇ, ਅਗਲੇ 'ਤੇ ਤਾਂ ਪਤਾ ਨਹੀਂ ਹੈ ਸਰ ਹੁੰਦਾ ਕਿ ਨਹੀਂ ਹੁੰਦਾ, ਹੁੰਦਾ, ਤੁਸੀਂ ਆਪਣੀ ਸਿਹਤ ਖਰਾਬ ਕਰ, ਹੁਣ ਆਪਾਂ ਸਮਾਈਲ ਕਰਕੇ ਪਰੇ ਹੋ ਜਾਈਦਾ, ਅੱਜ ਨੇ ਜੋ ਕਰਨਾ ਕਰੀ ਜਾ, ਆਪਾਂ ਮਸਤ ਰਹੀਦਾ। ਮੈਂ ਤਾਂ ਕਿਹਾ ਨਾ ਕਿ ਮੈਂ ਤਾਂ ਜਿੱਥੇ ਮਰਜ਼ੀ ਕੋਈ ਕਹਿ ਦੇ ਸੌਂ ਜਾ, ਮੇਰੇ ਹਸਬੈਂਡ ਮੈਨੂੰ ਕਹਿਣਗੇ ਕੁੰਭਕਰਨ ਹੈ ਤੂੰ ਤਾਂ, ਜੇ ਤੈਨੂੰ ਨਾ ਉੱਠਣਾ ਪਵੇ ਨਾ ਤੂੰ ਉੱਠੇ ਨਾ ਆਪਣੀ ਮਰਜ਼ੀ ਨਾਲ, ਮੈਂ ਕਹਿੰਦੀ ਹਾਂ ਨੋ ਲੀਵ ਮੀ ਅਲੋਨ ਆਈ ਵਾਂਟ ਟੂ ਸਲੀਪ, ਯੂ ਨੋ ਠੀਕ ਹੈ, ਕਿਸੇ ਦਾ ਕੋਈ ਫਿਕਰ ਨਹੀਂ, ਕੰਮ ਪੂਰਾ ਦਿੰਦੇ ਹਾਂ, ਮੈਂ ਕਿਹਾ ਸੀ ਬਿਲਕੁਲ, ਯੂ ਨੋ ਕੰਮ ਕਰਨਾ ਵੀ ਚਾਹੀਦਾ, ਕੰਮ ਆਪਣੀ ਇਮਾਨਦਾਰੀ ਨਾਲ ਕਰੋ, ਸੱਚੀ ਪਰ ਲੋੜ ਨਹੀਂ ਕਿਸੇ। ਹਾਂਜੀ, ਪਹਿਲਾਂ ਜਿਹੜੇ ਸਾਡੇ ਹੁਣ ਜੁੜੇ ਹੋਣਗੇ ਸਾਡੇ ਦਰਸ਼ਕ, ਉਹਨਾਂ ਨੂੰ ਕੀ ਸੁਣਾਉਣਾ ਚਾਹੋਗੇ ਆਪਾਂ, ਤੁਸੀਂ ਕੀ ਸੁਣਨਾ? ਨਹੀਂ ਨਹੀਂ ਤੁਹਾਡੀ ਮਰਜ਼ੀ ਹੈ, ਇਹ ਤੁਹਾਡਾ ਸ਼ੋਅ ਹੈ, ਮੈਂ ਤਾਂ ਤੁਹਾਡੇ ਨਾਲ ਜਸਟ ਜਿਵੇਂ ਕਹਿੰਦੇ ਹੁੰਦੇ ਨਾ ਹੈਲਪਿੰਗ ਹੈਂਡ ਆ। ਤੁਸੀਂ ਕਿਹਾ ਸੀ ਹਿੰਦੀ ਗਾਣੇ ਦੀਆਂ ਦੋ ਲਾਈਨ, ਹਾਂ ਹਿੰਦੀ ਦੇ ਸੁਣਾਓ। ਦੋਸਤੋ ਮੈਂ ਦੱਸਾਂਗੀ ਕਿ ਗੁਰਮੇਲ ਕੌਰ ਜੀ ਵੈਰੀ ਵਰਸਟਾਈਲ ਸਿੰਗਰ, ਅਤੇ ਇਹ ਕਹਿੰਦੇ ਮੈਂ ਹਿੰਦੀ ਵੀ ਗਾ ਲੈਂਦੀ ਹਾਂ, ਪੰਜਾਬੀ ਵੀ ਗਾ ਲੈਂਦੀ ਹਾਂ, ਔਰ ਆਪਣੇ ਇਤਿਹਾਸਿਕ ਗੀਤ ਵੀ ਗਾਉਂਦੇ ਨੇ, ਮਿਰਜ਼ਾ ਗਾਉਂਦੇ ਨੇ, ਹੀਰ ਗਾਉਂਦੇ ਨੇ, ਕਿਉਂ ਨਾ ਆਪਾਂ ਇੱਕ ਹਿੰਦੀ ਦਾ ਸੁਣੀਏ। ਮੈਂ ਆਪਣਾ ਇੱਕ ਹਿੰਦੀ ਗੀਤ ਲਿਖ ਕੇ ਰਿਕਾਰਡ ਵੀ ਕੀਤਾ। ਅੱਛਾ, ਹਾਂਜੀ, ਵਾਹ, ਮੋਟੀਵੇਸ਼ਨਲ ਸੌਂਗ ਆ। ਕਦਮ ਕਦਮ ਪੇ ਠੋਕਰੇ, ਹਰ ਕਦਮ ਪੇ ਨਈ ਜੰਗ, ਕਦਮ ਕਦਮ ਪੇ ਹੈ ਠੋਕਰੇ, ਹਰ ਕਦਮ ਪੇ ਹੈ ਨਈ ਜੰਗ, ਆਗੇ ਬੜਤਾ ਜਾ ਰੁਕੀ ਨਾ, ਆਗੇ ਬੜਤਾ ਜਾ ਰੁਕੀ ਨਾ, ਲੈ ਕੇ ਆ ਜਾ ਨਈ ਉਮੰਗ, ਕਦਮ ਕਦਮ ਪੇ ਹੈ ਠੋਕਰੇ, ਹਰ ਕਦਮ ਇੱਕ ਨਈ ਜੰਗ। ਕਿਆ ਬਾਤ ਹੈ, ਕਿਆ ਬਾਤ ਹੈ, ਕਦੇ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਜੀ ਦੇ ਕੋਈ ਗਾਣਾ ਪੁਰਾਣਾ ਕੋਈ ਟਰਾਈ ਕੀਤਾ ਕਦੇ? ਹਾਂਜੀ, ਮੇਰੇ ਬਹੁਤ ਫੇਵਰੇਟ ਸਿੰਗਰ ਸੀ। ਹਾਂਜੀ, ਇੱਕ ਲਤਾ ਮੰਗੇਸ਼ਕਰ ਜੀ ਦਾ ਗੀਤ ਮੈਂ ਗੁਣਗੁਣਾਉਂਦੀ ਹੁੰਦੀ। ਹਾਂਜੀ ਜ਼ਰੂਰ। ਕਭੀ ਕਭੀ ਮੇਰੇ ਦਿਲ ਮੇ ਖਿਆਲ ਆਤਾ ਹੈ, ਕਭੀ ਕਭੀ ਮੇਰੇ ਦਿਲ ਮੇ ਖਿਆਲ ਆਤਾ ਹੈ, ਕਿ ਜੈਸੇ ਤੁਝਕੋ ਬਣਾਇਆ ਗਿਆ ਹੈ ਮੇਰੇ ਲਈ, ਤੂੰ ਅਬ ਸੇ ਪਹਿਲੇ ਸਿਤਾਰੋਂ ਮੇਂ ਬਸ ਰਹੀ ਥੀ ਕਹੀਂ, ਤੂੰ ਅਬ ਸੇ ਪਹਿਲੇ ਸਿਤਾਰੋਂ ਮੇਂ ਬਸ ਰਹੀ ਥੀ ਕਹੀਂ, ਤੁਝੇ ਜ਼ਮੀਂ ਪੇ ਬੁਲਾਇਆ ਗਿਆ ਹੈ ਮੇਰੇ ਲਈ, ਕਭੀ ਕਭੀ ਮੇਰੇ ਦਿਲ ਮੇਂ ਖਿਆਲ ਆਤਾ ਹੈ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਅੱਛੇ, ਮਤਲਬ ਕਿ ਯੂ ਹੈਵ ਗੋਟ ਬਿਊਟੀਫੁਲ ਵੋਇਸ। ਜਿਹੜੇ ਸੁਰਿੰਦਰ ਕੌਰ ਜੀ ਦੇ ਪੁਰਾਣੇ ਗੀਤ
ਪ੍ਰਕਾਸ਼ ਕੌਰ ਜੀ ਦੇ ਜੀ, ਯੂ ਨੋ ਜਿਸ ਤਰ੍ਹਾਂ ਹੋਰ ਦੂਸਰੇ ਸਿੰਗਰ ਪੁਰਾਣੀ ਨਰਿੰਦਰ ਬੀਬਾ ਜੀ ਦੇ ਗਾਣੇ ਤੁਹਾਡੇ ਮੂੰਹ ਤੇ ਨਾ, ਮੈਂ ਆਈ ਕੈਨ ਇਮੈਜਿਨ ਕਿੰਨੇ ਸੂਟ ਕਰਨ ਜੇ ਤੁਸੀਂ ਗਾਓ, ਯੂ ਨੋ ਮੈਂ ਇਮੈਜਿਨ ਕਰ ਰਹੀ ਹਾਂ ਕਿ ਤੁਹਾਨੂੰ ਸੁਰਿੰਦਰ ਕੌਰ ਜੀ ਦੇ ਗੀਤ ਤੁਹਾਡੇ ਮੂੰਹ ਤੇ ਇੰਨੇ ਸਜਨ ਨਾ, ਥੋੜੀ ਜਿਹੀ ਰੌਣਕ ਵਾਲੇ ਗੀਤ ਜੀ, ਹਾਂਜੀ, ਤੁਸੀਂ ਕਦੇ ਬੀਟ ਵਾਲਾ ਕੋਈ ਗੀਤ ਨਹੀਂ ਗਾਉਂਦੇ? ਬੀਟ ਵਾਲੇ ਗਾਏ ਗਾਏ ਫਿਰ ਉਹਨਾਂ 'ਚੋਂ ਸੁਣਾਓ ਨਾ, ਹੁਣ ਤਾਂ ਸੀਰੀਅਸ ਹੋ ਗਏ ਬਹੁਤ ਗਾਣੇ, ਕੋਈ ਬੀਟ ਵਾਲਾ ਗੀਤ ਸੁਣਾਓ ਤਾਂ ਕਿ ਤੁਹਾਨੂੰ ਪਤਾ ਕਿ ਯੂਕੇ ਦੀ ਜਿਹੜੀ ਜਨਤਾ ਹੈ ਨਾ ਉਹ ਬੀਟ ਵਾਲੇ ਗੀਤ ਬੜੇ ਪਸੰਦ ਕਰਦੇ ਹਨ। ਹਾਂਜੀ, ਇੱਕ ਮੈਂ ਗੀਤ ਗਾਇਆ ਸੀ ਸੰਧੂਰੀ ਪੱਗ, ਉਹ ਕਾਫੀ ਲੋਕਾਂ ਨੇ ਪਸੰਦ ਕੀਤਾ ਸੀ। ਫਿਰ ਸੰਧੂਰੀ ਪੱਗ ਬਣਾਓ ਨਾ। ਲੱਕ ਮੰਨੀਆਂ ਤੇ ਇੱਕ ਮੇਰੀ ਮਨ ਵੇ ਤੇਰੀ ਫਰਮੈਸ਼ ਤੇ, ਲੱਕ ਮੰਨੀਆਂ ਤੇ ਇੱਕ ਮੇਰੀ ਮਨ ਵੇ ਮੇਰੀ ਫਰਮੈਸ਼ ਤੇ, ਚੰਨ ਮੱਖਣਾ ਸੰਧੂਰੀ ਪੱਗ ਬਨਵੇ ਸਾਡੀ ਫਰਮੈਸ਼ ਤੇ, ਗਿੱਧਿਆਂ ਦੀ ਰਾਣੀਆਂ ਤੂੰ ਭੰਗੜੇ ਦਾ ਰਾਜਾ, ਮਾਰ ਕੇ ਛੜੱਪਾ ਚੱਲ ਪਿੰਡ ਵਿੱਚ ਆ ਜਾ, ਗਿੱਧਿਆਂ ਦੀ ਰਾਣੀਆਂ ਤੂੰ ਭੰਗੜੇ ਦਾ ਰਾਜਾ, ਮਾਰ ਕੇ ਛੜੱਪਾ ਚੱਲ ਪਿੰਡ ਵਿੱਚ ਆ ਜਾ, ਫੁੱਲਕਾਰੀ ਲੈ ਕੇ ਆਵਾਂ ਸ਼ੰਭ ਸ਼ੰਭ ਵੇ ਤੇਰੀ ਫਰਮੈਸ਼ ਤੇ, ਸਿੰਘ ਮੇਰਿਆ ਸੰਧੂਰੀ ਪੱਗ ਬਨਵੇ ਮੇਰੀ ਫਰਮੈਸ਼ ਤੇ, ਚੰਨ ਮੱਖਣਾ ਸੰਧੂਰੀ ਪੱਗ ਬਨਵੇ ਸਾਡੀ ਫਰਮੈਸ਼ ਤੇ। ਕਿਆ ਬਾਤ ਹੈ, ਦੇਖਿਆ ਮੈਂ ਤੁਹਾਨੂੰ ਕਿਹਾ ਨਹੀਂ ਕਿ ਤੁਹਾਡੇ ਮੂੰਹ 'ਤੇ ਤਾਂ ਮੈਨੂੰ ਲੱਗਦਾ ਵੀ ਕਿੰਨੇ ਨਾ ਗਾਣੇ ਸੱਜ ਸਕਦੇ ਆ। ਕੋਈ ਸੁਰਿੰਦਰ ਕੌਰ ਦਾ ਆਉਂਦਾ ਗਾਣਾ ਕੋਈ ਵੀ, ਜਿਸ ਤਰ੍ਹਾਂ ਮੈਂ ਸੁਣਾਇਆ ਮੈਨੂੰ ਹੀਰੇ ਹੀਰੇ ਆਖੇ, ਇਸ ਤਰ੍ਹਾਂ ਦਾ ਕੋਈ, ਯੂ ਨੋ ਇੱਕ ਮੇਰੀ ਅੱਖ ਕਾਸ਼ਨੀ ਜਾਂ ਚੜ ਪੀਂਘ ਦੇ ਹੁਲਾਰੇ ਨਾਲ ਗਾਵਾਂ, ਇੱਕ ਵੀ ਚਾੜੀ ਪੀਂਘ ਦੇ ਹੁਲਾਰੇ ਨਾਲੇ ਗਾਵਾਂ, ਵਾਹ ਵੇ ਇੱਕ ਵਾਰੀ ਆ ਜਹਾਨੀਆਂ, ਵੇ ਇੱਕ ਵਾਰੀ ਆ ਜਹਾਨੀਆਂ, ਵੇ ਇੱਕ ਵਾਰੀ ਆ ਜਹਾਨੀਆਂ, ਗੁੱਤੀ ਫੁੜ ਕੇ ਪਰਾਂਦਾ ਪਾਵੇ ਕਿਕਲੀ, ਲੱਖਾਂ ਕਰਕੇ ਬਹਾਨੇ ਘਰੋਂ ਨਿਕਲੀ, ਗੁੱਤੀ ਫੁੜ ਕੇ ਪਰਾਂਦਾ ਪਾਵੇ ਕਿਕਲੀ, ਲੱਖਾਂ ਕਰਕੇ ਬਹਾਨੇ ਘਰੋਂ ਨਿਕਲੀ, ਤੇਰੀ ਦੀਦੀ ਦੀਆਂ ਭੁੱਖੀਆਂ ਨੇ ਗਾਵਾਂ, ਵੇ ਇੱਕ ਵਾਰੀ ਆ ਜਹਾਨੀਆਂ, ਵੇ ਇੱਕ ਵਾਰੀ ਆ ਜਾ ਸੋਹਣਿਆ, ਵੇ ਇੱਕ ਵਾਰੀ ਆ ਜਹਾਨੀਆਂ। ਵਾਹ, ਯੂ ਨੋ ਇਹ ਗਾਣੇ ਨਾ ਜਿਹੜੇ ਸਾਡੇ ਪੁਰਾਣੇ ਵੀ ਲੋਕ ਹੈ, ਨਵੇਂ ਅੱਜ ਕੱਲ੍ਹ ਦੇ ਯੰਗਸਟਰਸ ਹੈ ਨਾ, ਦੇ ਆਰ ਲਵਿੰਗ ਦੀਸ ਸੌਂਗਸ। ਹਾਂਜੀ, ਇਹਨਾਂ ਨੂੰ ਵੀ ਗਾਓ ਤੁਸੀਂ ਨਾ, ਠੀਕ ਹੈ, ਆਈ ਮੀਨ ਕਵਰ ਵਰਜ਼ਨ, ਯੂ ਆਰ ਅਲਾਊਡ ਟੂ ਸਿੰਗ ਕਵਰ ਵਰਜ਼ਨ। ਹਾਂਜੀ, ਔਰ ਤੁਹਾਡੀ ਆਵਾਜ਼ 'ਚ ਇੰਨੇ ਸਜਣਗੇ ਨਾ। ਹਾਂਜੀ, ਥੈਂਕ ਯੂ। ਫਿਰ ਤੁਸੀਂ ਕਦੇ ਮੈਨੂੰ ਯਾਦ ਰੱਖੋਗੇ ਵੀ ਜਗਦੀਪ ਨੇ ਕਿਹਾ ਸੀ? ਬਿਲਕੁਲ ਭੁੱਲਣਾ ਨਹੀਂ, ਯੂ ਨੋ। ਅਤੇ ਕਵਰ ਵਰਜ਼ਨ ਗਾਓ ਤੁਸੀਂ ਸੁਰਿੰਦਰ ਕੌਰ ਦੇ ਗੀਤ, ਕੋਈ ਨਰਿੰਦਰ ਬੀਬਾ ਜੀ ਦਾ ਗੀਤ, ਕੋਈ ਆਪਣੇ ਬਹੁਤ ਜਗਮੋਹਨ ਕੌਰ ਜੀ, ਮਤਲਬ ਮੇਰੇ ਫੇਵਰਟ ਸਿੰਗਰ ਸੀ ਸਾਰੇ। ਮੈਂ ਤਾਂ ਕਿਹਾ ਨਾ ਕਿ ਇਹਨਾਂ ਦੇ ਤਾਂ ਗਾਣੇ ਹੀ ਇੰਨੇ ਹੈ, ਤੇ ਤੁਸੀਂ ਕਵਰ ਵਰਜ਼ਨ ਗਾਓ ਇਹਨਾਂ ਦੇ, ਔਰ ਤੁਹਾਡੀ ਆਵਾਜ਼ 'ਚ ਬੜੇ ਸਜਣਗੇ। ਹਾਂਜੀ, ਮੈਂ ਕਰਦੀ ਹਾਂ, ਇੱਦਾਂ ਗਾ ਸਕਦੇ ਹੋ? ਹਾਂ ਹਾਂ, ਕਵਰ ਵਰਜ਼ਨ ਗਾ ਸਕਦੇ ਹੋ ਤੁਸੀਂ। ਹਾਂਜੀ, ਕਿਉਂਕਿ ਜਿਹੜੇ ਗੀਤਾਂ ਨੂੰ ਨਾ 10 ਸਾਲ ਹੋ ਜਾਣ ਨਾ, ਇਹਨਾਂ ਨੂੰ ਤਾਂ ਹੋ ਗਏ 30 ਸਾਲ, ਇਹ ਤਾਂ ਬਹੁਤ ਲੰਬੇ। ਹਾਂਜੀ, ਛੋਟੇ ਛੋਟੇ ਸੁਣਦੇ ਹੁੰਦੇ। ਹਾਂ, ਦੇ ਯੂ ਆ, ਯੂ ਕੈਨ ਸਿੰਗ ਕਵਰ ਵਰਜ਼ਨ। ਓ ਠੀਕ ਹੈ, ਯੈ, ਤੇ ਤੁਸੀਂ ਉਹਦਾ 뮤직 ਗਾ ਕੇ, ਤੁਸੀਂ ਆਪਣੇ ਸਟਾਈਲ ਨਾਲ ਉਹਨਾਂ ਦਾ ਸਟਾਈਲ ਲੈ ਕੇ ਤੁਸੀਂ ਕੁਝ ਆਪਣਾ ਸਟਾਈਲ ਵੀ ਪਾ ਕੇ ਗਾ ਸਕਦੇ ਹੋ। ਹਾਂਜੀ, ਇੰਪਰੋਵਾਈਜ਼ ਕਰ ਸਕਦੇ ਹੋ। ਹਾਂਜੀ, ਜਗਦੀਪ ਕੋਲ ਤਾਂ ਬਸ ਮੈਂ ਤਾਂ ਕਿਹਾ ਨਾ, ਮੈਂ ਕੰਸਲਟੇਸ਼ਨ ਦੇ ਪੈਸੇ ਲੈਣ ਲੱਗ ਜਾਣੇ।
ਕੋਈ ਨਹੀਂ, ਫਿਰ ਮੈਂ ਤੁਹਾਡੇ ਇੱਥੇ ਆਉਂਗੀ। ਜਗਦੀਪ ਕੋਲ ਤਾਂ ਸਲਾਹਾਂ ਹੀ ਹੈ, ਜਗਦੀਪ ਕੈਨ ਗਾਈਡ ਥਿੰਗਸ, ਯੂ ਨੋ। ਹਾਂਜੀ ਹਾਂਜੀ, ਹੋ ਜਾਏ ਤੁਹਾਡਾ ਮਿਰਜ਼ਾ, ਟਾਈਮ ਨਾ ਲੰਘ ਜਾਏ ਕਿਤੇ ਆਪਣਾ। ਦੋ ਦੋ ਲਾਈਨ ਹੇਕ ਤੋਂ ਵੀ ਨਹੀਂ ਕਹਾ ਦੇ। ਹਾਂ ਨਹੀਂ ਨਹੀਂ, ਹੇਕ ਲਾਓ ਜੀ, ਹੇਕ ਲਾਓ। ਦੋਸਤੋ ਮੈਂ ਦੱਸਾਂਗੀ ਕਿ ਜੱਟ ਚੜਦੇ ਮਿਰਜ਼ੇ ਖਾਨ ਨੂੰ ਵੱਡੀ ਭਾਬੀ ਲੈਂਦੀ ਥੰਮ, ਕਹਿੰਦੀ ਕਦੇ ਨਾ ਦਿਓਰ ਵਿੰਗਾਰਿਆ ਵੇ ਤੂੰ ਕਦੀ ਨਾ ਆਇਓ ਕੰਮ, ਜੇ ਚੱਲਿਆ ਭੁੱਖਾ ਰਿਸਕ ਦਾ ਹਾਏ ਰਿਸਕ ਦਾ ਮੇਰੀਆਂ ਕੋਠੀਆਂ ਲੈ ਆ ਪੰਨ। ਵਾਹ, ਮੈਂ ਤਾਂ ਕਿਹਾ ਨਾ ਕਿ ਤੁਹਾਡੇ ਕੋਲ ਤਾਂ ਬੜਾ ਮਸਾਲਾ, ਯੂ ਨੋ ਸਟੇਜ 'ਤੇ ਵੀ ਗਾਣ ਨੂੰ ਨਾ, ਜੇ ਤੁਹਾਨੂੰ ਕੋਈ ਕਹਿੰਦਾ ਕਿ ਪਰਫੋਰਮ ਕਰਨ ਨੂੰ, ਤੁਹਾਡੇ ਕੋਲ ਜਿਹੜੇ ਆਹ ਗਾਣੇ ਆ ਨਾ, ਜਿਹੜੇ ਤੁਹਾਡੇ ਗਾਣੇ ਨਾ, ਉਹ ਮਹਿਫਿਲ 'ਚ ਬੈਠ ਕੇ ਗਾਉਣ ਵਾਲੇ, ਮੈਂ ਮਤਲਬ ਸੀਰੀਅਸ ਹੈ ਥੋੜ੍ਹੇ ਜਿਹੇ, ਅਤੇ ਬਹੁਤ ਖੂਬਸੂਰਤ ਹੈ ਉਹ ਵੀ ਗੀਤ, ਉਹ ਮਹਿਫਿਲ 'ਚ ਗਾਉਣ ਵਾਲੇ। ਜੇ ਤੁਹਾਡੇ ਸਟੇਜ 'ਤੇ ਪਰਫੋਰਮੈਂਸ ਕਰਨੀ ਹੈ ਨਾ, ਅੱਜ ਦਾ ਤੁਹਾਡਾ ਮਿਰਜ਼ਾ ਹੈ ਜਾਂ ਸੁਰਿੰਦਰ ਕੌਰ ਜੀ ਦੇ ਗੀਤ, ਇਹ ਜੇ ਗਾਓ ਦੇਖੋ ਜਰਾ ਵਾਹ 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 ਤੁਹਾਡੀ। ਥੈਂਕ ਯੂ ਜੀ। ਨਹੀਂ ਨਹੀਂ ਨਹੀਂ, ਮੈਨੂੰ ਇਹ ਹੁੰਦਾ ਕਿ ਜਿਹਦੀ ਆਵਾਜ਼ 'ਚ ਦਮ ਹੈ, ਜਿਹਦੀ ਆਵਾਜ਼ 'ਚ ਨਾ ਕੋਈ ਗਾ ਸਕਦਾ ਤਾਂ ਕੁਛ ਕਰੇ ਜੀ, ਉਹ ਆਪਣੇ ਅੰਦਰ ਹੀ ਨਾ ਲੈ ਕੇ ਸੁਣਾ। ਤੁਸੀਂ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਗਾ ਸਕਦੀ ਹਾਂ ਇਹ ਗਾਣੇ, ਯੂ ਆਰ ਅਲਾਊਡ ਟੂ ਸਿੰਗ ਦੀਸ, ਅਤੇ ਜਿੰਨੇ ਮਰਜ਼ੀ ਗਾਓ। ਮੈਂ ਤਾਂ ਕਹਿੰਦੀ ਸੀ ਕਿ ਪੂਰੇ ਤਿਆਰ ਜ਼ਬਾਨੀ, ਤੁਹਾਨੂੰ ਪੇਪਰ ਨਾ ਫਰੋਲ ਨਾ ਪਵੇ। ਜਦੋਂ ਫਿਰ ਤੁਸੀਂ ਲਗਾਤਾਰ ਗਾਉਂਦੇ ਕਨਸਰਟ ਹੁੰਦੇ, ਫਿਰ ਤੁਹਾਨੂੰ ਯਾਦ ਹੋ ਜਾਂਦੇ ਆ, ਜਦੋਂ ਇੱਕ ਵਾਰੀ ਰਿਕਾਰਡ ਕਰਕੇ ਛੱਡਤਾ ਤੇ ਸੱਚੀ ਗੱਲ ਹੈ ਅਸੀਂ ਭੁੱਲ ਜਾਂਦੇ ਆ, ਅਸੀਂ ਗਾਉਂਦੇ ਗਾਉਂਦੇ ਭੁੱਲ ਜਾਂਦੇ, ਕਿਉਂਕਿ ਅਸੀਂ ਕਿਹੜਾ ਸਟੇਜ ਤੇ ਗਾਉਂਦੇ ਆ, ਅਸੀਂ ਤਾਂ ਪ੍ਰੈਜ਼ੈਂਟਰ ਆ। ਮੈਂ ਫਿਰ ਵੀ ਇੱਕ ਦੋ ਲਾਈਨਾਂ ਗਾ ਦਿੰਦੀ ਹਾਂ, ਦੋ ਲਾਈਨਾਂ 'ਚ ਮੈਂ ਕਈ ਵਾਰ ਭੁੱਲ ਜਾਂਦੀ ਹਾਂ, ਸੋ ਕੋਈ ਇੱਥੇ ਕਿਹੜਾ ਕੰਪੀਟੀਸ਼ਨ ਹੈ ਕਿਸੇ ਦਾ, ਆਪਾਂ ਜਿਵੇਂ ਫਰੰਟ ਰੂਮ 'ਚ ਬੈਠੇ ਨਾ ਐਂ ਗੱਲਾਂ ਕਰ ਰਹੇ ਹਾਂ, ਸਾਰੀ ਦੁਨੀਆ ਦੇਖ ਰਹੀ ਹੈ। ਲੇਕਿਨ ਦੋਸਤੋ ਮੈਂ ਦੱਸਾਂਗੀ ਕਿ ਗੁਰਮੇਲ ਕੌਰ ਜੀ ਦੀ ਆਵਾਜ਼ 'ਚ ਜਿੰਨਾ ਦਮ ਹੈ ਨਾ, ਜਿਸ ਤਰ੍ਹਾਂ ਮਿਰਜ਼ਾ ਗਾਇਆ ਇਹਨਾਂ ਨੇ, ਹੀਰ ਗਾਉਂਦੇ ਆ, ਬਾਕੀ ਗੀਤ ਗਾਉਂਦੇ ਆ, ਬੀਟ ਵਾਲੇ ਗੀਤ ਗਾਉਂਦੇ ਆ, ਆਈ ਥਿੰਕ ਸ਼ੀ ਇਜ਼ ਸੱਚ ਏ ਸਵੀਟ ਸਿੰਗਰ, ਜਿਹੜੀ ਸਵੀਟਨੈਸ ਨਹੀਂ ਹੁੰਦੀ, ਸਵੀਟਨਰ ਆਪਾਂ ਚਾਹ 'ਚ ਪਾਉਂਦੇ ਨਾ, ਉਸ ਸ਼ੀ ਇਜ਼ ਲਾਈਕ ਸਵੀਟਨਰ, ਯੂ ਨੋ ਸ਼ੀ ਹੈਜ਼ ਗੋਟ ਬਿਊਟੀਫੁਲ ਵੋਇਸ। ਲੇਕਿਨ ਹਲੇ ਨਾ ਜਿਸਾਂ ਸ਼ਰਮਾਉਂਦੇ ਆ, ਕਿੰਨੀ ਦੇਰ ਹੋ ਗਈ ਤੁਹਾਨੂੰ ਗਾਉਂਦਿਆਂ ਨੂੰ? ਕਾਫੀ ਚਿਰ ਹੋ ਗਿਆ ਹੈ ਨਾ? ਥੋੜ੍ਹਾ ਚਿਰ, ਸਵਾ ਸਾਲ ਹੀ। ਹਾਂਜੀ, ਓ ਰਾਈਟ, ਓ ਸਵਾ ਸਾਲ, ਸਵਾ ਸਾਲ 'ਚ ਤਾਂ ਯੂ ਆਰ ਵੈਰੀ ਗੁੱਡ। ਮੈਨੂੰ ਲੱਗਿਆ ਜਦੋਂ ਲਿਖਣ ਲੱਗੇ ਉਸ ਤੋਂ ਬਾਅਦ ਗਾਣ ਲੱਗੇ, ਲਿਖਣਾ ਵੀ ਹੁਣੇ ਸ਼ੁਰੂ ਕੀਤਾ ਮੈਂ। ਨਾਲ ਤੁਸੀਂ ਕਹਿੰਦੇ ਡੈਡੀ ਨੇ ਮੈਨੂੰ ਕਿਹਾ, ਉਦੋਂ ਛੋਟੇ ਪਹਿਲਾਂ ਲਿਖਦੀ ਸੀ, ਜਦੋਂ ਮੈਂ ਵਿਆਹ ਹੋ ਕੇ ਇੱਥੇ ਆ ਗਈ, ਇੱਥੇ ਆ ਕੇ ਬਸ ਕੁਛ ਮਹੀਨਿਆਂ 'ਚ ਇੱਕ ਇੱਕ ਕਰਕੇ ਚੀਜ਼ ਸਭ ਖਤਮ ਹੋ ਗਈ, ਬਸ ਕੰਮ 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 ਕੰਮ, ਕੰਮ ਗੁੱਲੀ ਗੁੱਲੀ ਜੁੱਲੀ ਸ਼ੁਰੂ ਹੋ ਗਈ ਉਹਦੀ ਜੰਗ। ਨਹੀਂ ਨਹੀਂ ਨਹੀਂ, ਆਪਣੇ ਤੁਸੀਂ ਇਸ ਆਰਟ ਨੂੰ, ਇਸ ਕਲਾ ਨੂੰ ਨਾ ਕੀਤਾ ਸਰ, ਹਾਂ ਹਟਾਓ ਨਾ, ਇਸ ਨੂੰ ਹੋਰ ਵਧਾਓ ਜੀ, ਤੇ ਆਪਣੀਆਂ ਪਰਫਾਰਮੈਂਸਿਸ ਦਿਓ। ਯੂ ਹੈਵ ਗੋਟ ਬਿਊਟੀਫੁਲ ਵੋਇਸ ਐਂਡ ਯੂ ਗੋਟ ਸਵੀਟ ਫੇਸ, ਤੇ ਕਿਉਂ ਨਹੀਂ ਅੱਗੇ ਆਉਣਾ ਚਾਹੀਦਾ? ਮੈਂ ਤਾਂ ਹਰੇਕ ਇਨਸਾਨ ਨੂੰ ਕਹਿੰਦੀ ਜਿਹਦੇ 'ਚ ਕੋਈ ਵੀ ਕਲਾ, ਕਿਸੇ ਵੀ ਫੀਲਡ ਦੇ ਵਿੱਚ, ਮੈਂ ਇਸ ਤਰ੍ਹਾਂ ਐਗਜ਼ਾਮਪਲ ਦੇਣੀ ਹੁੰਦੀ ਹੈ, ਸਾਡੇ ਜਿਸ ਤਰ੍ਹਾਂ ਮੰਮੀ ਜੀ ਹੈ, ਯੂ ਨੋ ਸ਼ੀ ਹੀ ਡਜ਼ ਗੁੱਡ ਫਿਲਮਿੰਗ, ਫੋਟੋਗ੍ਰਾਫੀ, ਸਭ ਕੁਛ ਸੋਹਣਾ ਕਰਦੇ ਹੈ, ਅਤੇ ਕਿਉਂ ਨਾ ਅੱਗੇ ਆਉਣ ਜੀ। ਬਿਲਕੁਲ, ਜਿਹੜਾ ਕੋਈ ਆਪਣੇ ਕੰਮ 'ਚ ਕਾਮਯਾਬ ਹੁੰਦਾ ਨਾ, ਉਹਨੂੰ ਰਹਿਣਾ ਹੀ ਚਾਹੀਦਾ। ਸੋ ਤੁਹਾਡੇ ਕੋਲ ਸਭ ਕੁਛ ਹੈ, ਇੱਕ ਤਾਂ ਹੁੰਦਾ ਟੂਲਸ ਨਾਲ ਕੋਈ ਕੰਮ ਕਰਨਾ, ਤੁਹਾਡੇ ਕੋਲ ਟੂਲਸ ਹੈ, ਤੁਹਾਡੇ ਕੋਲ ਆਵਾਜ਼ ਹੈ, ਤੁਹਾਡੇ ਕੋਲ ਬਿਊਟੀ ਹੈ, ਵਾਈ ਨੋਟ ਸਿੰਗ, ਯੂ ਨੋ। ਸੋ ਅਗਲੀ ਵਾਰੀ ਆਉਂਗੇ ਨਾ ਤੁਸੀਂ, ਮੈਨੂੰ ਸੁਰਿੰਦਰ ਕੌਰ ਦੇ ਗੀਤ ਸੁਣਾਉਣੇ, ਬਿਲਕੁਲ, ਨਾਲੇ ਪ੍ਰਕਾਸ਼ ਕੌਰ ਦੇ, ਹਾਂਜੀ, ਨਾਲੇ ਜਗਮੋਹਨ ਕੌਰ ਜੀ ਦੇ ਜੀ, ਬਿਲਕੁਲ, ਮੇਰੇ ਤਾਂ ਫੇਵਰੇਟ ਸਿੰਗਰ ਦੇ ਹੀ ਵਾ। ਫਿਰ ਇਹਨਾਂ ਨੂੰ ਪੂਰੇ ਪੂਰੇ ਗਾਣੇ ਸਿੱਖੋ ਅਤੇ ਆਓ, ਹੈ ਨਾ। ਹਾਂਜੀ, ਹੁਣ ਹੀਰ ਸੁਣਾ ਦਿਓ ਫਿਰ। ਹਾਂਜੀ ਹਾਂਜੀ, ਹੀਰ ਮੈਂ ਹੁਣੇ ਹੁਣੇ ਰਿਕਾਰਡ ਕਰਵਾਈ ਆ,
ਕਰਵਾਈ ਆ ਉਹ ਵੀ? ਹਾਂਜੀ। ਵੀਡੀਓ ਨਹੀਂ ਬਣਾਈ ਆ ਤੁਸੀਂ, ਹੈ ਨਾ? ਅਜੇ ਨਹੀਂ, ਅਜੇ ਗੀਤ ਮੇਰਾ ਉਹ ਤਿਆਰ ਨਹੀਂ ਹੋਇਆ ਬਣ ਕੇ। ਅੱਛਾ 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 ਅੱਛਾ। ਹੀਰੇ ਆਖ ਦੀ ਜੋਗਿਆ ਝੂਠ ਬੋਲੇ, ਕੌਣ ਰੁੱਠੜੀ ਯਾਰੀ ਮੈਨਾਮ ਦਾਈ ਵੇ, ਐਸਾ ਕੋਈ ਨਾ ਮਿਲਿਆ ਵੇ ਮੈਂ ਢੂੰਡ ਥੱਕੀ ਹੈ, ਜਿਹੜਾ ਗਿਆ ਨੂੰ ਮੋੜੇ ਲਿਆਮਦਾਈ। ਕਿਆ ਬਾਤ, ਬਹੁਤ ਅੱਛੇ, ਬਹੁਤ ਅੱਛੇ। ਅੱਛਾ, ਇਹ ਰਿਕਾਰਡ ਕਰਵਾ ਲਈ ਤੁਸੀਂ, ਅਤੇ ਇਹਦੀ ਵੀਡੀਓ ਬਣਾਓ। ਹਾਂਜੀ, ਤੁਸੀਂ ਪੂਰਾ ਹੀਰ ਦੀ ਡਰੈਸ ਅਪ ਹੋ ਕੇ ਨਾ ਆਪੇ ਗਾਓ ਵੀਡੀਓ 'ਚ, ਵਾਈ ਨੋਟ? ਨਹੀਂ ਨਹੀਂ ਨਹੀਂ, ਸੰਗ ਦੀ ਸੰਗਾਂਦੀ ਨਹੀਂ ਮੈਂ ਗਿੱਧੇ ਵਿੱਚ ਆਈ, ਸੰਗਣਾ ਨਹੀਂ ਹੈ। ਮੈਂ ਤੁਹਾਨੂੰ ਕੀ ਹੁਣੇ ਕਿਹਾ ਕਿ ਕਲਾ ਨੂੰ ਅੱਗੇ ਲਿਆਓ, ਯੂ ਨੋ, ਥੋੜ੍ਹੇ ਚਿਰ ਰੱਬ ਨੇ ਇੰਨੀ ਕਲਾ ਦਿੱਤੀ। ਉਹਨੂੰ ਫੋਨ ਕਰਿਆ ਕਰ, ਮੈਨੂੰ ਸੁਜੈਸਟ ਕਰਿਆ ਕਰ ਕਿਵੇਂ ਕਿਵੇਂ ਕਰ ਸਕਦੀ ਹੈ, ਕਿਉਂਕਿ ਮੇਰਾ ਧਿਆਨ ਹੀ ਨਹੀਂ ਨਾ ਚੀਜ਼ਾਂ 'ਚ ਗਿਆ। ਨਹੀਂ ਨਹੀਂ ਨਹੀਂ, ਜਿਹੜਾ ਤੁਸੀਂ ਜਿਸ ਤਰ੍ਹਾਂ ਮਿਰਜ਼ਾ ਗਾਇਆ, ਤੁਸੀਂ ਲੂੰਗੀ ਅਤੇ ਕੁੜਤਾ ਪਾਇਆ ਹੋਵੇ ਅਤੇ ਮਿਰਜ਼ਾ ਗਾਓ, ਵਾਹ, ਲੋਕਾਂ ਨੇ ਕਹਿਣਾ ਬਈ ਕਮਾਲ ਕਰਤੀ ਕੁੜੀ ਨੇ, ਹੈ ਨਾ? ਅਤੇ ਜੇ ਹੀਰ ਰਾਂਝੇ ਦਾ ਹੀਰ ਬਣੋ ਤੁਸੀਂ, ਹੀਰ ਦੀ ਕੋਸਟਿਊਮ ਪਾਓ ਅਤੇ ਫਿਰ ਗਾਓ, ਫਿਰ ਦੇਖੋ ਜ਼ਰਾ, ਯੂ ਨੋ। ਮੈਂ ਤੁਹਾਨੂੰ ਦੱਸਾਂ ਕਿ ਮੈਂ ਡਰਾਮਾ ਕਲੱਬ 'ਚ ਹੁੰਦੀ ਸੀਗੀ ਅਤੇ ਸਾਨੂੰ ਉਹਨਾਂ ਨੇ ਸੱਸੀ ਪੁੰਨੂ ਕਰਾਇਆ, ਮੇਰੇ ਕੋਲੋਂ ਸੱਸੀ ਬਣਾਇਆ ਮੈਨੂੰ, ਹੀਰ ਰਾਂਝਾ ਬਣਾਇਆ, ਹੀਰ ਬਣਾਈ ਮੈਨੂੰ, ਮਤਲਬ ਕਿ ਅਸੀਂ ਤਾਂ ਇਹੀ ਕੁਛ ਕਰਦੇ ਆਏ ਹਾਂ। ਹਾਂਜੀ, ਸੋ ਮੈਨੂੰ ਇਹ ਹੁੰਦਾ ਕਿ ਜੇ ਅਸੀਂ ਕੀਤਾ ਹੈ ਨਾ, ਦੂਸਰੇ ਵੀ ਕਰ ਸਕਦੇ ਆ। ਹਾਂਜੀ, ਮੈਂ ਸਭ ਦੇ ਹੌਸਲੇ ਬੁਲੰਦ ਕਰਨ ਨੂੰ ਆ। ਸਕੂਲ 'ਚ ਮੈਂ ਡਰਾਮਾ ਤਾਂ ਕੀਤਾ ਆ। ਹਾਂਜੀ, ਕੀ ਬਣੇ ਸੀ? ਮੈਂ ਸੀਗਾ ਊਧਮ ਸਿੰਘ ਦਾ। ਮੈਂ ਡੋਨਟ ਟੈਲ ਮੀ ਤੁਸੀਂ ਊਧਮ ਸਿੰਘ ਬਣੇ ਸੀ। ਊਧਮ ਸਿੰਘ ਬਣੇ ਸੀ, ਡਬਲ ਡਬਲ ਟ੍ਰਿਪਲ ਟ੍ਰਿਪਲ ਕੱਪੜੇ ਪਾ ਕੇ ਇਹਨਾਂ ਨੇ ਬਣਾਇਆ। ਮੈਂ ਤਾਂ ਇਹ ਕਿਹਾ ਨਾ ਕਿ ਇੰਨਾ ਸਵੀਟ ਫੇਸ ਅਤੇ ਤੁਸੀਂ ਮੁੰਡੇ ਦਾ ਕੰਮ ਕੀਤਾ। ਬੱਚੇ ਸੀਗੇ ਬਸ, ਇਹਦੇ ਮੁੰਡੇ ਦਾ। ਚਲੋ, ਛੋਟੇ ਹੁੰਦੇ ਤਾਂ ਕਰਦੇ ਹੀ ਆ। ਕੋਈ ਕਹਿੰਦੇ ਹੋਰ ਕੋਈ ਲੱਭਦਾ ਨਹੀਂਗਾ, ਫਿਰ ਮੈਨੂੰ ਕੀਤਾ। ਫਿਰ ਕੋਈ ਬੋਲੀਆਂ ਬਾਲੀਆਂ ਨਹੀਂ ਕਦੇ ਗਾਈਆਂ? ਗਾਈਆਂ ਬੋਲੀਆਂ, ਬੋਲੀਆਂ ਵੀ ਹਾਂ, ਆਉਂਦੀਆਂ ਬੋਲੀਆਂ, ਬੋਲੀਆਂ ਜੀ ਆਉਂਦੀਆਂ। ਹਾਂ, ਗਾ ਕੇ ਦੇਖਾਂ ਕਿ ਗਾਓ। ਹਾਂਜੀ, ਪੰਜਾਬੀ ਸਿੰਗਰ ਨੂੰ ਤਾਂ ਬੋਲੀਆਂ ਆਉਣੀਆਂ ਚਾਹੀਦੀਆਂ। ਪਿੰਡਾਂ ਵਿੱਚੋਂ ਪਿੰਡ ਸੁਣੀ ਦਾ, ਪਿੰਡ ਸੁਣੀ ਦਾ ਮਾੜੀ ਬਈ, ਮਾੜੀ ਦਿਆਂ ਦੋ ਕੁੜੀਆਂ ਸੁਣੀ ਦੀਆਂ, ਮਾੜੀ ਦਿਆਂ ਦੋ ਕੁੜੀਆਂ ਸੁਣੀ ਦੀਆਂ, ਇੱਕ ਪਤਲੀ ਇੱਕ ਪਾਰੀ ਬਈ, ਪਤਲੀ ਦਾ ਤਾਂ ਵਿਆਹ ਹੋ ਗਿਆ, ਪਤਲੀ ਦਾ ਤਾਂ ਵਿਆਹ ਹੋ ਗਿਆ, ਭਾਰੀ ਰਹਿ ਗਈ ਕੁਆਰੀ, ਆਪੇ ਹੀ ਲੈ ਜਾਣਗੇ ਜਿਨ੍ਹਾਂ ਨੂੰ ਲੱਗੂ ਪਿਆਰੀ, ਆਪੇ ਹੀ ਲੈ ਜਾਣਗੇ ਜਿਨ੍ਹਾਂ ਨੂੰ ਲੱਗੂ ਪਿਆਰੀ, ਆਪੇ ਹੀ ਲੈ ਜਾਣਗੇ। ਵਾਹ, ਹੋਰ ਆਣ ਦਿਓ। ਕਦੇ ਹੂੰ ਕਰਕੇ ਕਦੀ ਹਾਂ ਕਰਕੇ, ਗੇੜਾ ਦੇ ਦੇ ਨੀ ਮੁਟਿਆਰੇ ਲੰਮੀ ਬਾਂ ਕਰਕੇ, ਗੇੜਾ ਦੇ ਦੇ ਨੀ ਮੁਟਿਆਰੇ ਲੰਮੀ ਬਾਂ ਕਰਕੇ। ਵਾਹ ਵੀ, ਮੈਂ ਤਾਂ ਇਹ ਚੀਜ਼ ਦੇਖ ਰਹੀ ਹਾਂ ਕਿ ਹਰੇਕ ਚੀਜ਼ ਤੁਹਾਡੇ ਮੂੰਹ 'ਤੇ ਸੂਟ ਕਰ ਰਹੀ ਹੈ। ਥੈਂਕ ਯੂ। ਬੋਲੀਆਂ ਤੁਹਾਡੇ ਮੂੰਹ 'ਤੇ ਸੂਟ ਕਰ ਰਹੀ ਹੈ, ਮਿਰਜ਼ਾ ਕੀਤਾ, ਹੀਰ ਕਰ ਰਿਹਾ, ਮਤਲਬ ਦੂਸਰੇ ਗਾਣੇ ਕਰ ਰਹੇ ਹੈ। ਮੈਂ ਨਹੀਂ ਕਹਿੰਦੀ ਆਪਣੇ ਸੈਡ ਸੌਂਗ ਨਾ ਗਾਓ, ਤੁਸੀਂ ਗਾਓ, ਲੇਕਿਨ ਪਲੀਜ਼ ਇਹਨਾਂ ਚੀਜ਼ਾਂ ਨੂੰ ਵੀ ਗਾਓ ਜੀ। ਇੱਕ ਤਾਂ ਹੁੰਦਾ ਕਿਸੇ ਦੇ ਮੂੰਹ 'ਤੇ ਸੂਟ ਨਹੀਂ ਕਰਦਾ। ਮੈਂ ਕਈ ਜਿਹਦੇ ਮੂੰਹ 'ਤੇ ਨਹੀਂ ਸੂਟ ਕਰੇਗਾ ਨਾ, ਮੈਂ ਉਹਨਾਂ 'ਚੋਂ ਹਾਂ, ਮੈਂ ਕਹਿਣ ਵਾਲੀ ਵੀ ਤੈਨੂੰ ਨਹੀਂ ਸੂਟ ਕਰਦਾ, ਵੀ ਤੂੰ ਨਾ ਗਾਈਆਂ। ਪਤਾ ਕੀ ਹੈ, ਸੱਚਾਈ ਦੱਸਣੀ ਚਾਹੀਦੀ ਹੈ ਜੀ, ਬਿਲਕੁਲ।
ਜੇ ਤੁਸੀਂ ਨਾ ਕਿਸੇ ਨੂੰ ਝੂਠੇ ਫੂਕ ਦੇਈ ਚੱਲੋ ਦੇਈ ਚੱਲੋ, ਅਗਲਾ ਕਹਿੰਦਾ ਵੀ ਮੈਂ ਸਟੇਜ ਤੇ ਬੇਇੱਜ਼ਤੀ ਹੋ ਗਈ, ਸਟੇਜ ਤੇ ਬੇਇੱਜ਼ਤੀ ਹੋ ਗਈ, ਟਮਾਟਰਾਂ ਦੇ ਸੇਵਾਂ ਦੇ ਅੰਡੇ ਤੇ ਮਹਿੰਗੇ ਹੋ ਗਏ। ਨਹੀਂ 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 ਨਹੀਂ, ਕਿਸੇ ਨੂੰ ਝੂਠ ਸਲਾਹ ਨਹੀਂ ਦੇਣੀ ਚਾਹੀਦੀ। ਜੇ ਕਿਸੇ ਕੋਲ ਨਹੀਂ ਗਾਹ ਹੁੰਦਾ ਉਹਨੂੰ ਕਹੋ ਵੀ ਨਹੀਂ ਤੂੰ ਰਹਿਣ ਦੇ ਯੂ ਨੋ, ਅਤੇ ਜੇ ਕੋਈ ਸੱਚਾ ਗਾ ਸਕਦਾ ਜਿਸ ਤਰ੍ਹਾਂ ਤੁਸੀਂ, ਤੁਹਾਡੀ ਬੜੀ ਸੋਹਣੀ ਆਵਾਜ਼ ਹੈ, ਲੇਕਿਨ ਇਹਨੂੰ ਨਾ ਥੋੜ੍ਹਾ ਜਿਹਾ ਜੀ ਸਿੱਖੋ ਹੋਰ ਅਤੇ ਇਹਨੂੰ ਤਰੱਕੀ ਕਰੋ। ਹਾਂਜੀ ਠੀਕ, ਜਿਹੜਾ ਸਾਡੀਆਂ ਦੁਆਵਾਂ ਤੁਹਾਡੇ ਨਾਲ ਹੈ ਕਿ ਜ਼ਿੰਦਗੀ ਵਿੱਚ ਕਾਮਯਾਬ ਹੋਵੋ, ਜਿਹੜਾ ਤੁਸੀਂ ਰਸਤਾ ਫੜਿਆ ਇਹ ਗੀਤ ਗਾਉਣ ਦਾ ਔਰ ਲਿਖਣ ਦਾ, ਅਤੇ ਇਹਨੂੰ ਅੱਗੇ ਵਧਾਓ ਸਿਲਸਿਲੇ ਨੂੰ, ਆਪਣੇ ਕੋਲ ਹੀ ਨਾ ਰੱਖੋ। ਉਹ ਕਿਹੜਾ ਹੁਨਰ ਹੈ ਜੇ ਆਪਣੇ ਕੋਲ ਰੱਖ ਕੇ ਚਲੇ ਗਿਆ, ਰੱਬ ਨੇ ਵੀ ਪੁੱਛਣਾ ਸਹੀ ਇਹ ਹੁਨਰ ਮੈਂ ਤੁਹਾਨੂੰ ਦਿੱਤਾ ਸੀ ਕਿਹਨੂੰ ਦਿਖਾ ਕੇ ਆਈ, ਤਾਂ ਹੀ ਮੈਂ ਫਟਾਫਟ ਸ਼ੁਰੂ ਕਰ ਲਿਆ। ਮੈਂ ਕਿਹਾ ਰੱਬ ਦੀ ਡਾਇਰੀ ਦੇ ਵਿੱਚ ਆਪਣਾ ਅਕਾਊਂਟ ਪੂਰਾ ਹੋ ਪੂਰਾ ਹੋਵੇ। ਰੱਬ ਦੀਆਂ ਦੋ ਬੁੱਕਸ ਹੈ, ਬਲੈਕ ਐਂਡ ਵਾਈਟ, ਤੁਸੀਂ ਨਾ ਵਾਈਟ ਵਾਈਟ 'ਤੇ ਚੱਲੋ, ਬਲੈਕ 'ਚ ਜਾਓ ਹੀ, ਵਾਈਟ 'ਤੇ ਹੀ ਜਾਣਾ। ਹਾਂਜੀ, ਬਲੈਕ ਦਾ ਛੱਡਣਾ ਹੀ ਨਹੀਂ ਕੁਛ। ਸੋ ਯੂ ਨੋ, ਮੈਂ ਤਾਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਸਾਡੀਆਂ ਇਹੀ ਦੁਆਵਾਂ ਕਿ ਤੁਸੀਂ ਜ਼ਿੰਦਗੀ 'ਚ ਤਰੱਕੀ ਕਰੋ ਔਰ ਪੂਰੀ ਕਾਮਯਾਬੀ 'ਤੇ ਜਦੋਂ ਉੱਪਰ ਸਿਖਰ 'ਤੇ ਹੋਵੋਗੇ ਨਾ, ਫਿਰ ਯਾਦ ਕਰਿਓ ਜਗਦੀਪ ਨੇ ਜ਼ਿੰਦਗੀ 'ਚ ਕਿਹਾ ਸੀ। ਯੂ ਨੋ, ਕੋਈ ਕਿਸੇ ਨੂੰ ਕੋਈ ਨਹੀਂ ਯਾਦ ਕਰਦਾ, ਕੋਈ ਨਾ ਮੈਨੂੰ ਨਾ ਯਾਦ ਕਰੀਏ। ਨਹੀਂ, ਮੈਨੂੰ ਯਾਦ ਆ ਸਾਰੇ, ਜਿਨ ਵੀ ਕਦੀ ਚੰਗਾ ਕੀਤਾ ਮਾੜਿਆਂ ਨੂੰ ਆਪਾਂ ਭੁਲਾਤਾ, ਜਿਹਨੇ ਚੰਗਾ ਕੀਤਾ ਮੈਂ ਯਾਦ ਰੱਖਿਆ, ਉਹ ਦੁਆਵਾਂ ਜਿਹੜੀਆਂ ਮੇਰੇ ਨਾਲ ਆ, ਆਈ ਥਿੰਕ ਉਹੀ ਉਹਨਾਂ ਦਾ ਕਰਕੇ ਆ ਜਿਹੜੇ ਮੇਰੇ ਸੁਪਨੇ ਪੂਰੇ ਹੋ ਰਹੇ। ਹਰ ਇੱਕ ਨੂੰ ਨਸੀਬ ਨਹੀਂ ਹੁੰਦੇ। ਸੱਚੀ ਗੱਲ ਹੈ, ਇਹ ਤੁਸੀਂ ਮੈਨੂੰ ਕਿੱਥੋਂ ਲੱਭਿਆ? ਬਸ ਰੂਹਾਂ ਰੂਹਾਂ ਮਿਲ ਜਾਂਦੀ ਹੈ। ਮੈਂ ਕਿਹਾ ਨਾ, ਤੁਸੀਂ ਮੈਨੂੰ ਕਿੱਥੋਂ ਲੱਭ ਲਿਆ? ਜਦੋਂ ਤੁਸੀਂ ਗਾਣੇ ਭੇਜੇ ਸਾਰਾ ਕੁਛ, ਮੈਂ ਰਾਜ ਜੀ ਨੂੰ ਦੱਸਿਆ ਕਿ ਅੱਜ ਕਰਕੇ ਲੰਡਨ ਤੋਂ ਗਾਣੇ ਆਏ, ਅਤੇ ਮੈਂ ਨਾ ਇੱਕ ਦਿਨ ਸੋਚਾਂ ਕਿ ਇਹਨਾਂ ਨੇ ਮੈਨੂੰ ਕਿੱਥੋਂ ਲੱਭ ਲਿਆ। ਬਸ ਇੱਦਾਂ ਹੀ ਸਬੱਬ ਬਣਦਾ ਜਾਂਦਾ, ਕੋਈ ਨਾ ਕੋਈ ਸਬੱਬ ਬਣ ਜਾਂਦਾ। ਜਦੋਂ ਕਹਿੰਦੇ ਤੁਸੀਂ ਤੁਹਾਡੀ ਨੀਤ ਸਾਫ ਆ, ਤੁਹਾਡਾ ਦਿਲ ਚੰਗਾ, ਤੁਹਾਨੂੰ ਉੱਦਾਂ ਦੇ ਬੰਦੇ ਮਿਲੀ ਜਾਂਦੇ ਆ, ਨਾਲ ਮਿਲੀ ਜਾਂਦੇ ਆ। ਇਹ ਪੱਕੀ ਗੱਲ ਆ, ਇਹ ਮੈਂ ਬਿਲੀਵ ਕਰਦੀ ਇਹਨਾਂ ਚੀਜ਼ਾਂ 'ਚ। ਬਿਲਕੁਲ, ਜੇ ਤੁਸੀਂ ਮਾੜੀ ਨੀਯਤ ਵਾਲੇ ਮਾੜੀਆਂ ਚੀਜ਼ਾਂ ਵਾਲੇ ਆ, ਤੁਹਾਨੂੰ ਉੱਦਾਂ ਦੀ ਸੰਗਤ ਮਿਲੀ ਸੰਗਤ ਮਿਲਦੀ। ਸੱਚੀ ਗੱਲ ਹੈ, ਹਾਂਜੀ। ਅਤੇ ਮੈਂ ਕਈ ਵਾਰ ਕਹਿੰਦੀ ਨਹੀਂ, ਜੇ 20-30 ਫਰੈਂਡਸ ਦੇ ਵਿੱਚੋਂ ਚਾਹੇ 2-3 ਹੀ ਹੋਣ ਤੁਹਾਡੇ ਕੋਲ ਚੰਗੇ ਹੋਣ, ਕਿਉਂਕਿ ਜਿਹੜੇ ਜਿੱਦਾਂ ਦੀ ਤੁਹਾਡੀ ਪਰਸਨੈਲਿਟੀ ਉਹ ਤੁਹਾਨੂੰ ਉਹ ਲੋਕ ਹੀ ਅਟਰੈਕਟ ਕਰਦੇ, ਅਤੇ ਤੁਸੀਂ ਉਹਨਾਂ ਨੂੰ ਕਰਦੇ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਸੁਣਾਉਂਦੀ ਹਾਂ, ਟਾਈਮ ਤਾਂ ਆਪਣਾ ਹੋ ਰਿਹਾ, ਕਿ ਕਿਸੇ ਦਿਨ ਕਿਸੇ ਦੇ ਫਾਦਰ ਨੇ ਨਾ ਪਾਰਟੀ ਰੱਖੀ ਜੀ, ਅਤੇ ਉਹਦਾ ਬੇਟਾ ਕਹਿੰਦਾ ਕਿ ਮੇਰੇ 70 ਯਾਰਾਂ ਨੇ ਆਉਣਾ। ਹਾਂਜੀ, ਅਤੇ ਉਹਦਾ ਡੈਡੀ ਕਹਿੰਦਾ ਓਕੇ, ਮੈਂ ਸਭ ਨੂੰ ਬੁਲਾਉਣਾ ਜੀ, ਯੂ ਨੋ। ਤਾਂ ਉਹਦੇ ਡੈਡੀ ਨਾ ਕਹਿੰਦੇ ਉਹਦੇ ਫਰੈਂਡਸ ਨੂੰ ਕਿ ਵੀ ਤੁਹਾਡਾ ਦੋਸਤ ਨਾ ਬੜੀ ਮੁਸੀਬਤ 'ਚ ਹੈ ਜੀ, ਤੁਸੀਂ ਸਾਰੇ ਆਈਓ। ਹਾਂਜੀ, ਕਹਿੰਦੇ ਉੱਥੇ ਨਾ ਸਿਰਫ 4-5 ਜਣੇ, ਬਾਕੀ ਸਭ ਭੱਜ ਗਏ। ਨਹੀਂ ਨਹੀਂ, ਆਏ ਨਹੀਂ, ਕਿਉਂਕਿ ਉਹ ਤਾਂ ਮੁਸੀਬਤ 'ਚ ਹੈ ਜੀ। ਤਾਂ ਕਹਿੰਦੇ ਜਦੋਂ ਪਾਰਟੀ 'ਤੇ ਉਹਦਾ ਬੇਟਾ ਕਹਿੰਦਾ ਵੀ ਡੈਡੀ, ਮੈਂ ਤਾਂ ਤੁਹਾਨੂੰ ਕਿਹਾ ਸੀ ਮੇਰੇ 70 ਫਰੈਂਡਸ ਨੇ ਆਉਣਾ ਜੀ। ਕਹਿੰਦੇ ਮੈਂ ਬੁਲਾਇਆ ਸੀ। ਕਹਿੰਦੇ ਜੇ ਉਹ ਤੇਰੇ ਦੁੱਖ ਵੇਲੇ ਨਹੀਂ ਆਉਣ ਨੂੰ ਤਿਆਰ, ਤਾਂ ਉਹਨਾਂ ਨੂੰ ਫਿਰ ਸੁੱਖ ਵੇਲੇ ਕੀ ਕਰਨਾ? ਹਾਂਜੀ, ਸੋ ਕਿਸੇ ਨੇ ਠੀਕ ਹੀ ਕਿਹਾ ਕਿ ਜਿਹੜਾ ਇਨਸਾਨ ਤੁਹਾਡੇ ਦੁੱਖ ਵੇਲੇ ਨਹੀਂ ਨਾ ਪਹੁੰਚਿਆ ਜਾਂ ਤੁਹਾਡੇ ਦੁੱਖ 'ਚ ਖੜਾ ਨਹੀਂ ਹੋਇਆ, ਉਹਨੂੰ ਸੁੱਖ ਵੇਲੇ ਵੀ ਨਾ ਬੁਲਾਓ, ਨਹੀਂ, ਕਿਉਂਕਿ ਉਹ ਕਦੇ ਖੁਸ਼ ਨਹੀਂ ਹੋਏਗਾ। ਇੱਕ ਹੋਰ ਵੀ ਮੈਂ ਸਿਆਣਿਆਂ ਦੀ ਗੱਲ ਸੁਣੀ ਆ, ਕਹਿੰਦੇ ਜਦੋਂ ਪਰਮਾਤਮਾ ਦਾ ਨਾਂ ਲੈਂਦੇ ਤੁਸੀਂ ਚੰਗੀ ਨੀਅਤ ਰੱਖਦੇ, ਚੰਗੀ ਨੀਅਤ ਨਾਲ ਤੁਸੀਂ ਹਰ ਇੱਕ ਦਾ ਭਲਾ ਕਰਦੇ, ਅਤੇ ਜਿਹੜੇ ਮਾੜੇ ਬੰਦੇ ਆ ਪਰਮਾਤਮਾ ਇੱਕ ਇੱਕ ਕਰਕੇ ਉਹ ਆਪੇ ਹੀ ਕੱਢਣ ਲੱਗ ਜਾਂਦਾ ਤੁਹਾਡੀ ਲਾਈਫ 'ਚ। ਸੱਚੀ ਗੱਲ ਹੈ, ਅਤੇ ਕਹਿੰਦੇ ਤੁਹਾਨੂੰ ਚੰਗੇ ਰਾਹ 'ਤੇ ਤੋਰ ਦਿੰਦਾ, ਅਤੇ ਤੁਸੀਂ ਪਰ ਚੰਗਾ ਰਸਤਾ ਨਾ ਛੱਡੋ। ਸੱਚੀ ਗੱਲ, ਕਿਸੇ ਦਾ ਬੁਰਾ ਨਾ ਕਰੋ, ਕੋਈ ਬੁਰਾ ਕੰਮ ਨਾ ਕਰੋ, ਗਲਤ ਕੰਮ ਨਾ ਕਰੋ, ਜਿਹੜਾ ਤੁਹਾਨੂੰ ਸੋ ਸਵੀਟ ਕੋਈ ਕਵੇ ਕਿ ਤੁਸੀਂ ਆਹ ਗਲਤ ਕਰ ਰਹੇ। ਕੀ ਸੁਣਾਓਗੇ ਅਖੀਰ ਵਿੱਚ? ਆਪਣਾ ਟਾਈਮ ਜਾ ਰਿਹਾ, ਅਤੇ ਮੈਸੇਜ ਅਖੀਰ ਲੈ ਲਵਾਂਗੇ ਤੁਹਾਡੇ ਕੋਲੋਂ। ਮੈਂ ਘੋੜੀ ਵੀ ਰਿਕਾਰਡ ਕਰਵਾਈ ਆ, ਤੁਹਾਨੂੰ ਦੋ ਲਾਈਨਾਂ ਸੁਣਾ। ਹਾਂਜੀ, ਘੋੜੀ ਤੇਰੀ ਵੇ ਮੱਲਾ ਸੋਣੀ, ਘੋੜੀ ਤੇਰੀ ਵੇ ਮੱਲਾ ਸੋਣੀ, ਸੋਣੀ ਵੇ ਸਾ
ਜੀ ਦੀ ਕਾਠੀਆਂ ਨਾਲ ਕਾਠੀ ਡੇਢ ਤੇ ਹਜ਼ਾਰ ਮੈਂ ਬਲਿਹਾਰੀ ਵੇ ਮਾਂ ਦੇ ਸੁਰੀ ਜਿਣਾ ਵੇ ਮੈਂ ਬਲਿਹਾਰੀ ਵੇ ਮਾਂ ਦੇ ਸੁਰੀ ਜਿਣਾ ਕਿਆ ਬਾਤ ਹੈ ਕਿਆ ਬਾਤ ਹੈ ਅੱਛਾ ਘੋੜੀ ਫਿਰ ਤੁਸੀਂ ਗਾਈ ਫਿਰ ਤਾਂ ਸੁਹਾਗ ਵੀ ਗਾਇਆ ਹੋਣਾ ਸੁਹਾਗ ਨਹੀਂ ਅਜੇ ਕੋਈ ਕੀਤਾ ਘੋੜੀਆਂ ਹੀ ਦੋ ਕੀਤੀਆਂ ਅੱਜ ਕੱਲ੍ਹ ਮੈਂ ਦੇਖਿਆ ਕਿ ਬੜੇ ਹੀ ਡੇਰੀ ਸੰਗੀਤ ਕਰਨ ਲੱਗ ਗਏ ਬੜੇ ਜਾਗੋ ਕਰਦੇ ਤੁਸੀਂ ਉਹ ਵੀ ਕੰਮ ਸ਼ੁਰੂ ਜੋਬ ਵੀ ਕਰਦੀ ਹਾਂ ਫੁੱਲ ਟਾਈਮ ਅੱਛਾ ਅੱਛਾ ਤੇ ਫੁੱਲ ਟਾਈਮ ਤੋਂ ਵੀ ਫਿਰ ਜ਼ਿਆਦਾ ਵੀ ਕੰਮ ਕਰ ਲਈਦਾ ਤੇ ਫਿਰ ਨਾਲ ਕਰਦੇ ਕਰਦੇ ਫਿਰ ਘਰ ਦੀਆਂ ਵੀ ਰਿਸਪੋਂਸੀਬਿਲਟੀਜ਼ ਪੂਰੀਆਂ ਬੱਚਿਆਂ ਨੂੰ ਵੀ ਸੋਚੀਦਾ ਪੰਜਾਬੀ ਨਾਲ ਵੀ ਜੋੜ ਕੇ ਰੱਖੀਏ ਕਿਉਂਕਿ ਮੈਂ ਪੰਜਾਬੀ ਲਈ ਕੰਮ ਕਰਦੀ ਪੰਜਾਬੀ ਲਈ ਲਿਖਦੀ ਹਾਂ ਹਾਂਜੀ ਅਤੇ ਦੂਜਿਆਂ ਨੂੰ ਸਿੱਖਿਆ ਦਿੰਦੇ ਤਾਂ ਫਿਰ ਸਾਨੂੰ ਬੱਚਿਆਂ ਨੂੰ ਵੀ ਰੱਖਣਾ ਪੈਂਦਾ ਅਖੀਰ 'ਚ ਕੀ ਕਹਿਣਾ ਚਾਹੋਗੇ ਹੁਣ ਗੀਤ ਨਹੀਂ ਹੋਰ ਵਕਤ ਹੋ ਗਿਆ ਆਪਣਾ ਮੈਂ ਹਾਂਜੀ ਬਸ ਇਹੀ ਬੇਨਤੀ ਕਰੂੰਗੀ ਸਾਰੇ ਸੁਣਨ ਵਾਲਿਆਂ ਨੂੰ ਆਪਣਿਆਂ ਨੂੰ ਆਪਣੇ ਵੱਲੋਂ ਕਿ ਖੁਸ਼ ਰਹੋ ਜ਼ਿੰਦਗੀ ਜਿਹੜੀ ਆ ਬਹੁਤ ਥੋੜ੍ਹੀ ਆ ਬਹੁਤ ਥੋੜ੍ਹੀ ਵੀ ਪਤਾ ਨਹੀਂ ਕਿੰਨੇ ਪਾ ਲਿਆ ਕੋਸ਼ਿਸ਼ ਕਰੋ ਕਰੀਏ ਆਪਾਂ ਪਿਆਰ ਵੰਡੀਏ ਇੱਕ ਦੂਜੇ ਨਾਲ ਮਿਲ ਕੇ ਰਹੀਏ ਕਿਉਂਕਿ ਦੁਨੀਆ 'ਚ ਆਪਾਂ ਦੇਖਦੇ ਹਾਂ ਆਪਣੇ ਆਲੇ ਦੁਆਲੇ ਬੜਾ ਈਰਖਾ ਨਫ਼ਰਤ ਕਾਫੀ ਵੱਧ ਗਈ ਆ ਇਹਨਾਂ ਚੀਜ਼ਾਂ 'ਚ ਕੁਛ ਨਹੀਂ ਰੱਖਿਆ ਜੋ ਕੋਈ ਕਰਦਾ ਉਹਨੂੰ ਕਰਨ ਦਿਓ ਤੁਸੀਂ ਆਪਣਾ ਕੰਮ ਕਰਦੇ ਰਹੋ ਉਹਨਾਂ ਨੂੰ ਆਪਣਾ ਕਰਨ ਦਿਓ ਉਹ ਜਿਹੜੀ ਐਨਰਜੀ ਤੁਸੀਂ ਉਹਨਾਂ ਲਈ ਵੇਸਟ ਕਰਦੇ ਆ ਜਾਲਸ ਕੰਮ 'ਤੇ ਉਹ ਆਪਣੇ 'ਤੇ ਲਾ ਲਓ ਹੁਣ ਆਪਾਂ ਇਹੀ ਪ੍ਰਿੰਸੀਪਲ ਰੱਖਿਆ ਉਹ ਆਪਣੇ ਲਈ ਆਪਣੀ ਕੋਈ ਚੀਜ਼ ਤਿਆਰ ਕਰੋ ਜ਼ਰੂਰੀ ਨਹੀਂ ਤਾਂ ਗਾਉਣਾ ਹੀ ਆ ਲਿਖਣਾ ਹੀ ਆ ਕੋਈ ਬਾਗਬਾਨੀ ਆ ਫੁੱਲ ਗਾਉਣਾ ਆ ਕਢਾਈ ਸਿਲਾਈ ਬਹੁਤ ਤਰ੍ਹਾਂ ਦੇ ਸ਼ੌਕ ਆ ਜਿਹੜੇ ਕੋਈ ਵੀ ਬੰਦਾ ਉਹਨੂੰ ਕਰ ਸਕਦਾ ਆ ਅਤੇ ਬਸ ਖੁਸ਼ ਰਹੋ ਮਸਤ ਰਹੋ ਥੈਂਕ ਯੂ ਸੋ ਮਚ ਲਓ ਦੋਸਤੋ ਸ਼ੁਕਰੀਆ ਅਦਾ ਕਰਾਂਗੇ ਅਸੀਂ ਗੁਰਮੇਲ ਕੌਰ ਸੰਘਾ ਜੀ ਦਾ ਜਿਨ੍ਹਾਂ ਨੇ ਸਾਡੇ ਕੰਚ ਟੀਵੀ ਦੇ ਵਿਹੜੇ ਆ ਕੇ ਬਹੁਤ ਹੀ ਰੌਣਕ ਲਗਾਈ ਬੜਾ ਆਪਣਾ ਗੀਤ ਸੰਗੀਤ ਸੁਣਾਇਆ ਔਰ ਤੁਹਾਡਾ ਵੀ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿੱਥੇ ਜਿੱਥੇ ਬੈਠ ਕੇ ਵੀ ਤੁਸੀਂ ਪ੍ਰੋਗਰਾਮ ਨੂੰ ਦੇਖਿਆ ਸਹਿਰਾਨੇ ਹੋ ਹਮੇਸ਼ਾ ਆਪਣਾ ਖਿਆਲ ਰੱਖਣਾ ਕਿਸੇ ਦਾ ਵੀ ਖਿਆਲ ਰੱਖਣਾ ਕਿਸੇ ਦਾ ਖਿਆਲ ਰੱਖੋਗੇ ਉੱਪਰ ਵਾਲਾ ਤੁਹਾਡਾ ਖਿਆਲ ਰੱਖੇਗਾ ਇਸੇ ਦੇ ਨਾਲ ਜਗਦੀਪ ਨੂੰ ਆਗਿਆ ਦਿਓ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਗੁਰਦੇਵ ਬਾਏ